ਅਕਾਲੀ ਦਲ ਖਿਡਾਰੀਆਂ ਦੇ ਨਾਲ ਜਾਣ ਪਛਾਣ ਕਰਨ ਜਾ ਰਹੇ ਨੇ। ਧੰਨਵਾਦੀ ਅਸੀਂ ਉਹਨਾਂ ਦੇ ਨਾਲ, ਉਹਨਾਂ ਦੇ ਸਰਪੰਚ ਸਾਹਿਬ ਕੋਮਲ ਮਨਜੀਤ ਸਿੰਘ ਜੀ, ਵਿਰਕ ਅਵਤਾਰ ਸਿੰਘ ਜੀ ਪੰਚਾਇਤ ਮੈਂਬਰ, ਤੇ ਨਰਿੰਦਰ ਸਿੰਘ ਜੀ। ਬਹੁਤ ਸਤਿਕਾਰਯੋਗ ਸਰਦਾਰ ਤਜਿੰਦਰਪਾਲ ਸਿੰਘ ਜੀ ਸੰਧੂ, ਹਲਕਾ ਇੰਚਾਰਜ ਸਰੌਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ। ਬਹੁਤ ਸਤਿਕਾਰਯੋਗ ਸ਼ਖਸੀਅਤ ਸਾਡੇ ਅੱਜ ਦੇ ਮੁੱਖ ਮਹਿਮਾਨ, ਇਸ ਸਮੇਂ ਖੇਡ ਗਰਾਊਂਡ ਦੇ ਵਿੱਚ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕਰਦੇ ਹੋਏ ਕੋਮਲ ਮਨਜੀਤ ਸਿੰਘ ਜੀ ਸਰਪੰਚ ਸਾਹਿਬ, ਸਾਡੀ ਸਮੁੱਚੀ ਖੇਡ ਕਲੱਬ, ਸਾਡੇ ਬਹੁਤ ਸਤਿਕਾਰਯੋਗ ਸ੍ਰੀ ਵੇਦ ਪ੍ਰਕਾਸ਼ ਬੇਦੀ ਜੀ ਬਹਾਦਰਗੜ੍ਹ ਤੋਂ ਵਿਸ਼ੇਸ਼ ਤੌਰ 'ਤੇ ਉਹ ਵੀ ਪੁੱਜੇ ਨੇ, ਬਹੁਤ ਬਹੁਤ ਧੰਨਵਾਦ ਜੀ ਆਇਆਂ। ਸਰਦਾਰ ਤਜਿੰਦਰਪਾਲ ਸਿੰਘ ਜੀ ਸੰਧੂ ਸਾਹਿਬ, ਹਲਕਾ ਇੰਚਾਰਜ ਸਰੌਰ ਸ਼੍ਰੋਮਣੀ ਅਕਾਲੀ ਦਲ ਬਾਦਲ, ਸਾਡੇ ਅੱਜ ਦੇ ਮੁੱਖ ਮਹਿਮਾਨ, ਦੋਨੋਂ ਟੀਮਾਂ ਦੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਉਹਦਾ ਫੈਸਲਾ ਦੱਸ ਦਿਓ ਜੀ। ਕਮੇਟੀ ਵੀਰਾਂ ਨੂੰ ਬੇਨਤੀ ਹੈ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਬਾਹੜਪੁਰ ਦੀ ਧਰਤੀ ਤੇ ਲੱਗਾ ਹੋਇਆ ਕਬੱਡੀ ਦਾ ਜਿਹੜਾ ਮੇਲਾ ਹੈ, ਪ੍ਰਸਿੱਧ ਕਬੱਡੀ ਖਿਡਾਰੀ ਜਿਹੜੇ ਪੁੱਜੇ, ਕਹਿੰਦੇ ਵੀ ਇਸ ਨਗਰ ਦੇ ਉੱਤੇ ਆਪਾਂ ਆਨੰਦ ਮਾਣ ਰਹੇ ਸੀ ਚੱਲਦੇ ਹੋਏ ਮਾਂ ਖੇਡ ਕਬੱਡੀ ਦੇ ਮੁਕਾਬਲੇ ਦਾ। ਲਓ ਇੱਕ ਪਾਸੇ ਜਨਾਲ ਦੀ ਟੀਮ ਆ ਤੇ ਦੂਜੇ ਪਾਸੇ ਟੀਮ ਜਿਹੜੀ ਜਰਗੜੀ ਦੀ, ਉਧਰ ਕਾਲਾ ਤਤਾਲ ਦੀ ਧਰਤੀ ਦਾ ਲਾਜਫਾ ਆਪਣੀ ਟੀਮ ਦੇ ਹਿੱਸੇ ਕੰਗ ਦਾ ਵਾਧਾ ਕਰਦਾ ਹੋਇਆ, ਇਧਰ ਕਬੱਡੀ ਕਹਿੰਦੇ ਕੁਲਵਿੰਦਰ ਸਿੰਘ ਨਾਮ ਹੈ ਕਿ ਜਾ ਕੇ ਮੈਦਾਨ ਵਿੱਚ ਡੰਡ ਪੇੜਦਾ ਰੇੜ ਪਾਉਣ ਗਿਆ ਸੱਪ ਵਾਂਗ ਮੇਲਦਾ, ਕਦੇ ਕਿਸੇ ਜਾਫੀ ਦੇ ਹੱਥ ਆਵੇ ਨਾ, ਬਾਅਦ ਚ ਹੀ ਮਾਰਦਾ ਡਾਰੀ ਗੱਭਰੂ ਖਾ ਕੇ ਮਾਂ ਕੋਲੋਂ ਛੰਨੇ ਚੂਰੀ ਦੇ, ਬਣਿਆ ਕਬੱਡੀ ਦਾ ਖਿਡਾਰੀ ਗੱਭਰੂ। ਉਧਰ ਕਹਿੰਦੇ ਵੀ ਲਲਹੇੜੀ ਵਾਲਾ ਟਾਈਗਰ ਪੰਜਾਬ ਠੰਡਰ ਦੀ ਟੀਮ ਦਾ ਜਾਫੀ ਹੈ, ਆਏ ਕਹਿੰਦੇ ਭਵਿੰਦਰ ਸਿੰਘ ਇਸ ਵੇ ਸਿੱਖ ਸਰਦਾਰ ਕੇ ਮੂਹਰੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਠਿੱਬੀ ਲਾ ਕੇ ਡੇਗਣ ਦਾ। ਅੱਜ ਆਪਾਂ ਗੱਲ ਕਰਦੇ ਇੱਧਰ ਕੋਚ ਕੁਲਵੀਰ ਸਿੰਘ ਜੀ ਨੋਨਾ ਅਮਲਜੀਤ ਸਿੰਘ ਜੀ ਕਾਲਵਾ, ਕਹਿੰਦੇ ਵੀ ਆਖਿਆ ਵੀ ਹੈਰੀ ਹਾਜ਼ਰੀ ਜ਼ਰੂਰ ਲਵਾਉਣੀ ਸੀ ਕਬੱਡੀ ਕੱਪ ਦੇ ਉੱਤੇ। ਲਓ ਆਏ ਜੱਪ ਜਰਗੜੀ ਵਾਲਾ ਕਿ ਜਿਸ ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਵਾਧਾ ਕਰ ਦਿੱਤਾ। ਇੱਧਰੋਂ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਆਪਾਂ ਦੇਖਦੇ ਵੀ ਟੇਕ ਧਰਤੀ ਮਾਂ ਨੂੰ ਮੱਥਾ ਹੈ। ਲਓ ਦਰਸ਼ਕ ਵੀਰੋ ਆਏ ਜਿੰਦੀ ਇਸ ਨੌਜਵਾਨ ਨੇ ਹੁਣ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੈ। ਉਧਰ ਪੂਰਵੇ ਵਾਲਾ ਗਿੱਲ ਨਾਲ ਹੁਣ ਦੇਖਦਾ ਵੀ ਨਿੱਪਾ ਜਰਗੜੀ ਵਾਲਾ, ਲਓ ਜਰਨੈਲ ਸਿੰਘ ਜੈਲੀ ਪੂਰਵੇ ਵਾਲਾ, ਕਹਿੰਦੇ ਵੀ ਪੱਕਾ ਭਾਈਆਂ ਵਰਗਾ ਪਿਆਰ ਹੈ ਖੰਡੇ ਵਾਲੇ ਪਿੰਦੇ ਦੇ ਨਾਲ। ਲਓ ਮਾਰ ਪੁੱਠੀ ਡੱਕਣ ਦੀ ਗੱਲ ਕਰਦਾ ਹੋਇਆ ਹੰਦੇ ਦੂਰ ਨੇ, ਲਓ ਮਾਰ ਦਿਓ ਤਾੜੀ ਉਧਰ ਮਾਸਟਰ ਧਰਮ ਸਿੰਘ ਜੀ। ਕਬੱਡੀ ਜਿਹੜੀ ਕਹਿੰਦੇ ਵੀ ਟਰਨ ਬਾਏ ਟਰਨ ਹੈ, ਇਹ ਨੋਟ ਕਰ ਲਿਓ। ਪ੍ਰਬੰਧਕ ਵੀਰਾਂ ਦੇ ਵੱਲੋਂ ਦੋ ਖਿਡਾਰੀ ਜਿਹੜੇ ਬਾਹਰ ਖੇਡਣਗੇ, ਦੋ ਖਿਡਾਰੀ ਬਾਹਰੋਂ ਖੇਡਣਗੇ, ਵਾਰ ਵਾਰ ਬੇਨਤੀ ਹੋ ਰਹੀ ਹੈ ਟਰਨ ਕਬੱਡੀ ਹੈ ਕਿਉਂਕਿ ਪਹਿਲੇ ਮੈਚ ਦੇ ਵਿੱਚ ਬੜਾ ਰੌਲਾ ਪਿਆ। ਲਓ ਦਰਸ਼ਕ ਵੀਰ ਆਨੰਦ ਮਾਣਦੇ ਸੋ ਚੱਲਦੇ ਹੋਏ ਮੈਚ ਦਾ। ਉਧਰ ਸਾਹਮਣੇ ਆਪਾਂ ਦੇਖਦੇ ਵੀ ਉੜਦੀ ਹੋਈ ਧੂੜ ਜਿਹੜੀ ਖੇਡ ਮੈਦਾਨ ਦੇ ਵਿੱਚ ਅੰਬਰੀ ਚੜ੍ਹਦੀ ਆ ਰਹੀ ਹੈ, ਭੱਜ ਕੇ ਲੱਤੀ ਲੱਗਿਆ ਜਨਾਲ ਦੀ ਧਰਤੀ ਦਾ, ਔਰ ਦੂਜੇ ਪਾਸੇ ਇਹ ਆ ਨਿੱਪਾ ਜਰਗੜੀ ਵਾਲਾ, ਉਧਰ ਨਿਰਮਲ ਸਿੰਘ ਨਿੰਮਾ। ਮੇਰੇ ਵੀਰੋ ਫੈਸਲਾ ਕਰਦਾ ਵੀ ਪੁਆਇੰਟ ਜਿਹੜਾ ਇਸ ਸਮੇਂ ਸਟੋਪਰ ਦੇ ਵਿੱਚ ਜੁੜਦਾ ਹੋਇਆ, ਕਹਿੰਦੇ ਢੰਡੋਲੀ ਦੀ ਟੀਮ ਦੇ ਲਈ ਬੜੀ ਤਕੜੀ ਕਬੱਡੀ ਖੇਡੀ ਸੀ ਨੌਜਵਾਨ ਨੇ। ਲਾ ਢੰਡੋਲੀ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕੁਲਵਿੰਦਰ ਸਿੰਘ, ਲਾ ਟਾਈਗਰ ਦੇ ਤੌਰ ਤੇ ਜਾਣਿਆ ਜਾਂਦਾ, ਇੱਕ ਕਹਿੰਦੇ ਵੀ ਸਟੋਪਰ ਆ ਜਿਹੜਾ ਟਾਈਗਰ ਦੇ ਤੌਰ ਤੇ ਜਾਣਿਆ ਜਾਂਦਾ, ਲਲਹੇੜੀ ਦਾ ਸੁਖਮਨ ਸੁਖਮਨ ਲਲਹੇੜੀ ਵਾਲਾ। ਲਾ ਹੁਣ ਆਪਾਂ ਵੇਖਦੇ ਵੀ ਮੈਦਾਨ ਦੇ ਵਿੱਚ ਮੇਰੇ ਵੀਰੋ ਏ ਬੱਲੇ 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 ਮਾਰ ਦਿਓ ਤਾੜੀਆਂ, ਇਹ ਆ ਟਾਈਗਰ ਲਲਹੇੜੀ ਵਾਲਾ। ਅੱਪ ਉਧਰ ਜਨਾਲ ਵਾਲਾ ਕਾਲੀ, ਜਿਹੜਾ ਝਨੇੜੀ ਦਾ ਇਤਰਾਜ਼ ਸੀ ਮੁੰਦੜੀ ਦੇ ਉੱਤੇ, ਉਹ ਝਨੇੜੀ ਦੀ ਟੀਮ ਦੇ ਜਿਹੜੇ ਖਿਡਾਰੀ ਮੇਰੇ ਕੋਲ ਖੜੇ, ਇਹਨਾਂ ਨੂੰ ਬੇਨਤੀ ਹੈ ਵੀ ਇਹਨਾਂ ਦਾ ਕਮੇਟੀ ਨੂੰ ਬੇਨਤੀ ਵੀ ਫੈਸਲਾ ਜਲਦ ਤੋਂ ਜਲਦ ਕਰ ਦਿਓ। ਅਗਲਾ ਜਿਹੜਾ ਮੈਚ ਦੋਨੇ ਟੀਮਾਂ ਦਾ ਹੋਵੇਗਾ, ਉਹ ਟੀਮਾਂ ਸਰਾਲੇ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਗਈ ਹੈ। ਰਾਮਗੜ੍ਹ ਦੇ ਖਿਡਾਰੀ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਨੇ ਜਲਦੀ ਦੇ ਨੇ ਖੇਡ ਮੈਦਾਨ 'ਚ ਪੁੱਜਣ, ਰਾਮਗੜ੍ਹ ਦੀ ਟੀਮ ਜਿੱਥੇ ਵੀ ਮੇਰੀ ਆਵਾਜ਼ ਸੁਣਦੀ ਹੈ ਜਲਦੀ ਦੇ ਨੇ ਖੇਡ ਮੈਦਾਨ ਦੇ ਵਿੱਚ ਪੁੱਜਵੇ। ਲਓ ਅਗਲੀ ਕਬੱਡੀ ਪਾਉਣ ਦੇ ਲਈ ਜਰਗੜੀ ਵਾਲਾ ਨਿੱਪਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਸਾਡਾ ਪਿੰਡ ਜਰਗੜੀ ਹੈ, ਚੱਲਦੇ ਬਲ ਨੂੰ ਜਰਗ ਜਲਾਜਣ, ਜੱਟ ਪੂਰਾ ਸ਼ੌਂਕੀ ਹੈ ਜੇ ਕੁੜੀ ਤੂੰ ਆ ਮਜਾਜਣ, ਕਿ ਸਾਡਾ ਪਿੰਡ ਜਰਗੜੀ ਹੈ ਚੜ੍ਹਦੇ ਬਲ ਨੂੰ ਜਰਗ ਜਲਾਜਣ। ਲਾ ਮੈਦਾਨ ਦੇ ਵਿੱਚ ਪਈ ਕਬੱਡੀ ਸੀ ਨੌਜਵਾਨ ਖਿਡਾਰੀ ਦੀ, ਉਧਰ ਆਪਾਂ ਵੇਖਦੇ ਵੀ ਨੌਜਵਾਨ
कोशिश करता पर पॉइंट जरगड़ी वाला निप्पा अपनी टीम दे से जुड़ता होया के चक्की ते पुड़ वर्गियां हिक्का ते जिगरे गाडर ने जूझ जूझ के हंदियां दा टच करते बाडर ने के देवी दयाल प्रीता घोगा शंकर पिंडा जी बोला तोखी दे बट्टा भी पूरी हिंडदा सी पहले समय विच नाउंदे इन्हां सितारां दे खेडण जोरां नाल कबड्डी पुत सरदारां दे लाओए पॉइंट कुलविंदर सिंह अपनी टीम दे से जुड़दा होया उधर डॉक्टर प्रीतम सिंह जी बिल्ला कलोटी वाले आने वाला कहते भी फरवरी का महीना हेलो हेलो ये मैच तो एक मैच ओपन का हो रहेगा ते ओपन दे सेकंड राउंड तो पहला 65 किलो का फाइनल मैच खेडिया जाएगा ओपन दे सेकंड राउंड तो पहला 65 किलो का फाइनल मैच नारकसर चीमा वर्सिज जखेपल दोनों टीम कपड़े कट के ग्राउंड के नेड़े रहन रामगढ़ की टीम जिथे भी मेरी आवाज सुनती है जल्दी देने खेड मैदान दे जुड़ जाए और सामने आप देखते भी पूर्वे वाला जरनैल सिंह कोशिश करता होया पर जिंदी मेरे वीरे अपनी टीम दे से हेलो सरदार तेंदरपाल सिंह जी संधू दर्शकों के नाल दो मिनट लिए अपने विचार साझे करनगे संधू साहब हेलो जी हाँ मुंदड़ी ने भी झनेड़ी ते इतराज लाया सी पहला सो ये दोनों टीम मुंदड़ी ते झनेड़ी जेड़े ने साड़ी कमेटी नाल गलबात करन जी इन्हां दोवां टीमों का आपस च इतराज है जी एक दूजे ते सो ये टीम जिहड़ियां ने ये साडे जेड़े क्लब के प्रधान साहब ने कवलजीत सिंह बंटी नूं मिलन जी ਕਰਤਾਰ ਸਿੰਘ ਸਾਬਾ ਸਪੋਰਟਸ ਐਂਡ ਕਲਚਰ ਕਲੱਬ ਬਹੋੜਪੁਰ ਕੋਮਲ ਸਿੰਘ ਸਾਡੇ ਸਰਪੰਚ ਸਾਹਿਬ ਜਨੇੜੀਆਂ ਦੇ ਸਰਪੰਚ ਸਾਡੇ ਬਲਾਕ ਸੰਮਤੀ ਮੈਂਬਰ ਭੁਪਿੰਦਰ ਸਿੰਘ ਸਹਿਦੇਪੁਰ ਜੀ ਦਰਦਾਰ ਸਿੰਘ ਜੀ ਦੌਣ ਤੇ ਸਾਡੇ ਸਟੇਜ ਤੇ ਬੈਠੇ ਦੂਰੋਂ ਦੂਰੋਂ ਪਿੰਡਾਂ ਤੋਂ ਆਏ ਸਾਡੇ ਬਹੁਤ ਹੀ ਜ਼ਿੰਮੇਵਾਰ ਸੱਜਣੋ ਖਿਲਾੜੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੋੜਪੁਰ ਦੀ ਧਰਤੀ ਦੇ ਉੱਤੇ ਜਿਹਨੂੰ ਅਸੀਂ ਬੋੜਪੁਰ ਜਨੇੜੀਆਂ ਹੀ ਕਹਿੰਦੇ ਹਾਂ ਇਸ ਧਰਤੀ ਦੇ ਉੱਤੇ ਕਬੱਡੀ ਦਾ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਤੇ ਇਹ ਵਿਸ਼ਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਪਿੰਡ ਵਾਲਿਆਂ 'ਚ ਬਹੁਤ ਉਤਸ਼ਾਹ ਹੈ ਤੇ ਖਾਸ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੇ ਨੇੜੇ ਤੇੜੇ ਦੇ ਪਿੰਡਾਂ ਵਾਲੇ ਜਿੰਨੇ ਵੀ ਸਾਡੇ ਸੱਜਣ ਹੈ ਇਹਨਾਂ ਦਾ ਵੀ ਪੂਰਾ ਸਹਿਯੋਗ ਲਿਆ ਦੂਰੋਂ ਦੂਰੋਂ ਸੱਜਣ ਇਹਨਾਂ ਨਾਲ ਇਸ ਟੂਰਨਾਮੈਂਟ ਸਹਿਯੋਗ ਕਰ ਰਹੇ ਹਾਂ ਇਹਨੂੰ ਸਫਲ ਬਣਾਉਣ ਵਾਸਤੇ ਬਹੁਤ ਅੱਛੀਆਂ ਟੀਮਾਂ ਕਬੱਡੀ ਦੀਆਂ ਦੂਰੋਂ ਦੂਰੋਂ ਆਈਆਂ ਸਾਡੇ ਵੀਰਾਂ ਦੀਆਂ ਟੀਮਾਂ ਵੀ ਸਾਡੇ ਭੈਣਾਂ ਦੀਆਂ ਟੀਮਾਂ ਵੀ ਆਈਆਂ ਤੇ ਪਹਿਲਾਂ ਸਾਡੇ ਇਸ ਏਰੀਏ ਦਾ ਟੂਰਨਾਮੈਂਟ ਕਿ ਭਾਗ ਲਿਆ ਬਹੁਤ ਅੱਛੀ ਕਬੱਡੀ ਦੇਖਣ ਦਾ ਮੌਕਾ ਮਿਲਿਆ ਬਹੁਤ ਅੱਛੇ ਅੱਛੇ ਖਿਡਾਰੀ ਤੇ ਜਿਵੇਂ ਕਹਿੰਦੇ ਪੰਜਾਬੀ ਮੱਲਾਂ ਮਾਰਦੇ ਆ ਤੇ ਇਹਨਾਂ ਦੇ ਜਿਸਮ ਦੇਖ ਕੇ ਖਿਡਾਰੀਆਂ ਦੇ ਇਹਨਾਂ ਦੀ ਖੇਡ ਇਹਨਾਂ ਦੀ ਫੁਰਤੀ ਦੇਖ ਕੇ ਮਹਿਸੂਸ ਹੁੰਦਾ ਕਿ ਪੰਜਾਬ ਦਾ ਗੱਭਰੂ ਪੰਜਾਬ ਦਾ ਨੌਜਵਾਨ ਕਿਸੇ ਤੋਂ ਵੀ ਪਿੱਛੇ ਨਹੀਂ ਹੈ ਤੇ ਜੋ ਪੰਜਾਬ ਦੇ ਵਿੱਚ ਖੇਡਾਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਸਾਡੇ ਮੁੱਖ ਮੰਤਰੀ ਪੰਜਾਬ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਤੇ ਡਿਪਟੀ ਮੁੱਖ ਮੰਤਰੀ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਜੋ ਕਬੱਡੀ ਦੀ ਜੋ ਇੱਕ ਖੇਡ ਹੈ ਇਹਨਾਂ ਨੂੰ ਅੰਤਰਰਾਸ਼ਟਰੀ ਲੈਵਲ ਤੱਕ ਲੈ ਕੇ ਗਏ ਹਰ ਸਾਲ ਅੰਤਰਰਾਸ਼ਟਰੀ ਟੂਰਨਾਮੈਂਟ ਕਬੱਡੀ ਦੇ ਪੰਜਾਬ ਉਹਨਾਂ ਨੇ ਸ਼ੁਰੂ ਕਰਾਏ ਪੰਜਾਬ ਦੀ ਹੀ ਨਹੀਂ ਸਗੋਂ ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਵੀ ਟੀਮਾਂ ਆਉਂਦੀਆਂ ਤੇ ਉਹਦੇ 'ਚ ਬਾਹਰਲੇ ਮੁਲਕਾਂ ਤੋਂ ਵੀ ਟੀਮਾਂ ਆਉਂਦੀਆਂ ਤੇ ਪੰਜਾਬ ਦੀ ਇਹ ਮਾਂ ਇਹ ਇੱਕ ਤਰ੍ਹਾਂ ਦੀ ਖੇਡ ਹੈ ਕਬੱਡੀ ਜਿਹਨੂੰ ਇਹਨਾਂ ਨੇ ਦੁਬਾਰਾ ਸਤਿ ਸੁਖਬੀਰ ਸਿੰਘ ਬਾਦਲ ਨੇ ਸੁਰਜੀਤ ਕੀਤਾ ਤੇ ਅੱਜ ਤੁਸੀਂ ਬਹੁਤ ਵਧੀਆ ਕਬੱਡੀ ਦਾ ਟੂਰਨਾਮੈਂਟ ਕਰਵਾ ਰਹੇ ਹੋ ਸਰਪੰਚ ਸਾਹਿਬ ਨਾਲ ਗੱਲ ਹੋਈ ਕੋਮਲ ਸਿੰਘ ਹੋਣਾ ਨਾਲ ਉਹ ਵੀ ਬਹੁਤ
ਅੱਗੇ ਲੱਗ ਕੇ ਇਹ ਖੇਡਾਂ ਨੂੰ ਉਤਸ਼ਾਹਿਤ ਕਰਦੇ ਆ। ਪਿੰਡਾਂ ਦੇ ਜੋ ਸਾਡੇ ਪਿੰਡ ਦੇ ਕੰਮ ਹੈ ਉਹਨਾਂ ਨੂੰ ਉਤਸ਼ਾਹਿਤ ਕਰਦੇ ਆ ਕੋਈ ਨਾ ਕੋਈ ਡਿਵੈਲਪਮੈਂਟ ਵਾਸਤੇ। ਇਹ ਵੀ ਸਰਪੰਚ ਸਾਹਿਬ ਉਹਨਾਂ ਦਾ ਸਾਰਾ ਭਰਾ ਪਰਿਵਾਰ ਵੱਡੇ ਭਰਾ ਬੈਠੇ ਆ ਗੁਰਨਾਮ ਸਿੰਘ ਜੀ, ਇਹ ਸਾਰੇ ਅੱਗੇ ਲੱਗ ਕੇ, ਇਹਨਾਂ ਦੇ ਪਿਤਾ ਜੀ ਵੀ ਸਾਹਿਬ ਦਰਬਾਰ ਸਿੰਘ ਉਹ ਵੀ ਅੱਗੇ ਲੱਗ ਕੇ ਸਾਰੇ ਕੰਮ ਕਰਵਾਉਂਦੇ ਸੀ ਅਤੇ ਇਹਨਾਂ ਦੀ ਖਾਹਿਸ਼ ਹੈ ਕਿ ਇੱਥੇ ਵਧੀਆ ਸਟੇਡੀਅਮ ਬਣੇ ਅਤੇ ਮੈਂ ਇਹਨਾਂ ਨੂੰ ਇਹ ਸਲਾਹ ਦਿੱਤੀ ਹੈ। ਦੌਣ ਵਾਲੇ ਵੀ ਬੈਠੇ ਆ ਸੱਜਣ, ਜਨੇੜੀਆਂ ਵਾਲੇ ਸੱਜਣ ਵੀ ਬੈਠੇ ਆ, ਛੋਟੀ ਦੌਣ ਵੱਡੀ ਦੌਣ 8-9 ਪਿੰਡ ਇੱਥੇ ਪੈਂਦੇ ਆ ਇਸ ਏਰੀਏ ਦੇ ਵਿੱਚ। ਮੈਂ ਇਹਨਾਂ ਨੂੰ ਸਲਾਹ ਦਿੱਤੀ ਹੈ ਕਿ ਤੁਸੀਂ ਸਾਰੇ ਇਕੱਠੇ ਬਹਿ ਕੇ ਇੱਕ ਮਤ ਹੋਵੋ ਕਿ ਅਸੀਂ ਸਟੇਡੀਅਮ ਕਿੱਥੇ ਬਣਾਉਣਾ, ਬੋੜਪੁਰ 'ਚ ਬਣਾਉਣਾ, ਦੌਣ 'ਚ ਬਣਾਉਣਾ ਜਾਂ ਹੋਰ ਕਿਹੜੇ ਪਿੰਡ ਦੇ ਵਿੱਚ ਬਣਾਉਣਾ, ਤਾਂ ਕਿ ਉਹ ਸਟੇਡੀਅਮ ਇੱਕ ਵੱਡਾ ਸਟੇਡੀਅਮ ਹੋਵੇ, ਉਹਦਾ ਅੱਛਾ ਸਪੋਰਟਸ ਅਥਾਰਟੀ ਤੋਂ ਨਕਸ਼ਾ ਲੈ ਕੇ ਆਈਏ, ਉੱਥੇ ਇੱਕ ਅੱਛਾ ਜੋ ਖਿਡਾਰੀ ਦੇ ਨਾਲ ਉਹਨਾਂ ਦੇ ਨਾਲ ਕੋਚ ਵੀ ਹੋਣੇ ਚਾਹੀਦੇ ਹੈ ਅਤੇ ਸਾਰਾ ਇਨਫਰਾਸਟ੍ਰਕਚਰ ਅਸੀਂ ਸਰਕਾਰ ਵੱਲੋਂ ਤੁਹਾਡਾ ਉਹ ਸਟੇਡੀਅਮ ਦਾ ਬਣਾ ਕੇ ਦੇਵਾਂਗੇ। ਅਤੇ ਪਰ ਉਹ ਤੁਸੀਂ ਸਾਰੇ ਜਾਣੇ ਜਿੰਨੇ ਪਿੰਡ ਵਾਲੇ ਆ, 8 ਪਿੰਡ ਵਾਲੇ ਆ, ਸਾਡੇ 8 ਦੇ ਭਟੇੜੀ ਵਾਲੇ ਵੀ ਬੈਠੇ ਹੋ, ਸਲਾਹ ਕਰ ਲਓ ਪਹਿਲਾਂ ਜਿਹੜੀ ਕਿਸ਼ਤ ਹੈ 5 ਲੱਖ ਦੀ ਉਹ ਸਟੇਡੀਅਮ ਵਾਸਤੇ ਅਸੀਂ ਪੰਜਾਬ ਸਰਕਾਰ ਵੱਲੋਂ ਭੇਜਾਂਗੇ ਅਤੇ ਉਹ ਵੀ ਦੂਰ ਦੀ ਮਹੀਨੇ ਦੇ ਅੰਦਰ ਅੰਦਰ ਜਿਹੜਾ ਉਹ ਪੈਸੇ ਆਉਣਗੇ। ਜਲਦੀ ਤੋਂ ਜਲਦੀ ਤੁਸੀਂ ਮੈਨੂੰ ਸਲਾਹ ਕਰਕੇ ਦੱਸੋ, ਡਿਪਟੀ ਕਮਿਸ਼ਨਰ ਡੀਸੀ ਸਾਹਿਬ ਨਾਲ ਵੀ ਮੈਂ ਇਹਦੇ ਬਾਰੇ ਗੱਲ ਕਰ ਲੂੰਗਾ ਅਤੇ ਡਿਪਟੀ ਮੁੱਖ ਮੰਤਰੀ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਹਰੇਕ ਹਲਕੇ 'ਚ ਮੈਂ ਸਟੇਡੀਅਮ ਬਣਾਉਣਾ ਹੈ ਅਤੇ ਮੈਂ ਉਹਨਾਂ ਦੀ ਵੀ ਪ੍ਰਵਾਨਗੀ ਸਟੇਡੀਅਮ ਵਾਸਤੇ ਲੈ ਲੂੰਗਾ। ਮੇਰਾ ਮਨ ਹੈ ਕਿ ਆਪਣੇ ਬਹਾਦਰਗੜ੍ਹ ਦੇ ਨਾਲ ਇਸੇ ਏਰੀਏ ਦੇ ਵਿੱਚ ਸਟੇਡੀਅਮ ਹੋਣਾ ਚਾਹੀਦਾ ਹੈ। ਜਿਵੇਂ ਪਿੱਛੇ ਬਹਾਦਰਗੜ੍ਹ ਗਿਆ ਤਾਂ ਬਹਾਦਰਗੜ੍ਹ ਦੀਆਂ 9 ਪੰਚਾਇਤਾਂ, ਹਰੇਕ ਪੰਚਾਇਤ ਕਹੇ ਕਿ ਸਾਡੇ ਧਰਮਸ਼ਾਲਾ ਬਣਾਓ, ਮੈਂ ਕਿਹਾ ਜ਼ਮੀਨ ਹੈ ਕਿਤੇ ਨਹੀਂ ਹੈ ਅਤੇ ਫਿਰ ਦੱਸੋ ਕਿੱਥੇ ਬਣਾਈਏ, ਕਹਿੰਦੇ ਜ਼ਮੀਨ ਮੁੱਲ ਲੈ ਲਓ, ਮੈਂ ਮੁੱਲ ਕਿਸੇ ਨੇ ਨਹੀਂ ਲੈਣੀ। ਤਾਂ ਫਿਰ ਅਸੀਂ ਇੱਕ ਨਿੰਦਾ ਕੀਤਾ ਕਿ ਆਪਾਂ 8-10 ਪੰਚਾਇਤਾਂ ਦਾ ਇੱਕੋ ਹੀ ਕਮਿਊਨਿਟੀ ਸੈਂਟਰ, ਵੱਡਾ ਕਮਿਊਨਿਟੀ ਸੈਂਟਰ ਬਣਾਈਏ ਜਿੱਥੇ 500-600 ਬੰਦੇ ਬੈਠ ਸਕਣ। ਅਸੀਂ ਸ਼ਮਸ਼ਪੁਰ ਦੀ ਪੰਚਾਇਤ ਨਾਲ ਗੱਲ ਕੀਤੀ, ਉਹਨਾਂ ਨੇ 1 ਏਕੜ ਜ਼ਮੀਨ ਸਾਨੂੰ ਕਮਿਊਨਿਟੀ ਸੈਂਟਰ ਵਾਸਤੇ ਦਿੱਤੀ, 20 ਲੱਖ ਰੁਪਇਆ ਮੈਂ ਬਾਦਲ ਸਾਹਿਬ ਤੋਂ ਮਨਜ਼ੂਰ ਕਰਵਾਇਆ ਅਤੇ ਅੱਜ ਉਹ ਸਭ ਤੋਂ ਵਧੀਆ ਨਕਸ਼ਾ ਸਾਡੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਲੋਕਾਂ ਨੇ ਦਿੱਤਾ, ਉਹਨਾਂ ਨੇ ਨੀਂਹ ਪੱਥਰ ਰੱਖਿਆ ਅਤੇ ਅੱਜ 20 ਲੱਖ ਰੁਪਇਆ ਉਹਨਾਂ ਕੋਲ ਪਹੁੰਚ ਚੁੱਕਿਆ, 10 ਲੱਖ ਉੱਥੇ ਹੋਰ ਲੱਗਣਾ, ਉਹ ਵੀ ਬਲੂਕਾ ਸਾਹਿਬ ਕਮਿਟ ਕਰਕੇ ਗਏ ਅਤੇ ਬਹੁਤ ਵਧੀਆ ਮਾਰਕੇ ਦਾ ਜਿਹੜਾ ਕਮਿਊਨਿਟੀ ਸੈਂਟਰ ਹੈ ਇਹ 10 ਪਿੰਡ ਜਿਹੜੇ ਬਹਾਦਰਗੜ੍ਹ ਹੈ ਉਹਨਾਂ ਲਈ ਬਣ ਰਿਹਾ ਹੈ। ਉਸੇ ਤਰਜ਼ ਦੇ ਉੱਤੇ ਉਹੀ ਲਾਈਨਾਂ ਦੇ ਉੱਤੇ ਤੁਰਦਾ ਹੋਇਆ ਇਹ ਮੇਰਾ ਮਨ ਹੈ ਕਿ ਖੇਡਾਂ ਵਾਸਤੇ ਸਟੇਡੀਅਮ ਦੀ ਜ਼ਰੂਰਤ ਹੈ, ਅੱਛਾ ਸਟੇਡੀਅਮ ਹੋਵੇ ਅਤੇ ਉਹ ਸਟੇਡੀਅਮ ਸਾਰੇ ਪਿੰਡਾਂ ਦਾ ਸਾਂਝਾ ਸਟੇਡੀਅਮ ਹੋਇਆ ਹੋਣਾ ਚਾਹੀਦਾ, ਉਹ ਤੁਸੀਂ ਸਲਾਹ ਕਰ ਲਓ, ਮੈਨੂੰ ਦੱਸ ਦਿਓ, ਵਧੀਆ ਇੱਕ ਮਾਰਕੀਟ ਦਾ ਸਟੇਡੀਅਮ ਬਣਾਵਾਂਗੇ ਤਾਂ ਕਿ ਆਉਣ ਵਾਲੀਆਂ ਸਾਡੀਆਂ ਨਸਲਾਂ ਵੀ ਯਾਦ ਰੱਖਣ ਕਿ ਇੱਕ ਅੱਛਾ ਸਟੇਡੀਅਮ ਆਪਣੇ ਲਾਗੇ ਬਣਿਆ, ਆਪਣੇ ਬੱਚੇ ਆਪਣੇ ਨੌਜਵਾਨ ਉੱਥੇ ਸਟੇਡੀਅਮ 'ਚ ਆਉਣ, ਆਪਣੇ ਪ੍ਰੈਕਟਿਸ ਕਰਨ, ਅਲੱਗ ਅਲੱਗ ਗੇਮਸ ਦੀ ਜਿਹੜੀ ਹੈਗੀ ਹੈ ਪ੍ਰੈਕਟਿਸ ਕਰਨ ਅਤੇ ਜੋ ਆਪਾਂ ਟੂਰਨਾਮੈਂਟ ਵੀ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਸਾਰੇ ਪਿੰਡਾਂ ਦਾ ਸਾਂਝੀ ਕਮੇਟੀ ਬਣਾ ਕੇ ਵੱਡਾ ਟੂਰਨਾਮੈਂਟ, ਆਪਾਂ ਕਬੱਡੀ ਟੂਰਨਾਮੈਂਟ ਵੀ ਅਤੇ ਉਹਦੇ 'ਚ ਹੋਰ ਵੀ ਈਵੈਂਟ ਰੱਖ ਕੇ ਆਪਾਂ ਜਿਵੇਂ ਲੁਧਿਆਣੇ ਜ਼ਿਲ੍ਹੇ 'ਚ ਟੂਰਨਾਮੈਂਟ ਹੁੰਦੇ ਆ ਜਾਂ ਹੋਰ ਥਾਵਾਂ 'ਤੇ ਟੂਰਨਾਮੈਂਟ ਹੁੰਦੇ ਆ, ਉਸ ਤਰ੍ਹਾਂ ਦਾ ਟੂਰਨਾਮੈਂਟ ਇੱਥੇ ਕਰੀਏ, ਪੂਰੀ ਸਹਾਇਤਾ ਉਹ ਸਟੇਡੀਅਮ ਵਾਸਤੇ ਕਰਾਂਗੇ। ਤੁਸੀਂ ਮੈਨੂੰ ਆਪਣਾ ਮਨ ਬਣਾ ਕੇ ਦੱਸੋ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹਦੇ ਵਾਸਤੇ, ਸਰਪੰਚ ਸਾਹਿਬ ਨੂੰ ਵੀ, ਸਾਰੇ ਜਿੰਨੇ ਵੀ ਸੱਜਣ ਔਰਗਨਾਈਜ਼ ਕਰਨ ਵਾਲੇ ਆ ਸਾਰਿਆਂ ਨੂੰ ਮੈਂ ਵਧਾਈਆਂ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਰੈਫਰੀ ਸਾਹਿਬਾਨ ਨੂੰ ਬੇਨਤੀ, ਸਰਦਾਰ ਨਰਿੰਦਰ ਸਿੰਘ ਜੀ ਬਿਰਕਾ, ਸਰਦਾਰ ਕਮਲਜੀਤ ਸਿੰਘ ਜੀ ਬਾਂਡੀ ਅਤੇ ਹੋਰ ਕਲੱਬ ਮੈਂਬਰ ਵੱਲੋਂ ਸਰਦਾਰ ਸੰਧੂ ਸਾਹਿਬ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਧਰ ਮੈਚ ਦੀ ਆਪਾਂ ਗੱਲ ਕਰੀਏ ਵੀ ਬਿਰਦਰੋਂ ਵਾਲਾ ਸੋਨੀ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਲਾ ਪੁਆਇੰਟ ਇਸ ਫੋਟੋਗ੍ਰਾਫਰ ਜਿੱਤੇ ਵੀ ਹੈਗਾ ਜਲਦੀ ਮੈਚ ਤੇ ਪਹੁੰਚੋ ਫੋਟੋਗ੍ਰਾਫਰ, ਹੈਲੋ ਫੋਟੋਗ੍ਰਾਫਰ ਜਲਦੀ ਤੋਂ ਜਲਦੀ ਮੈਚ ਤੇ ਪਹੁੰਚੋ। ਹੈਲੋ ਹੈਲੋ, ਆ ਮੇਰਾ ਵੀਰ ਤੇਰੀ ਗੱਲ ਸਮਝ ਨਹੀਂ ਆ ਰਹੀ ਮਾੜੀ ਜੀ, ਪਹਿਲਾਂ ਸਾਊਂਡ ਵਾਲੇ ਨਾਲ ਗੱਲ ਕਰ ਲਓ ਪਲੀਜ਼। ਪਹਿਲੇ ਮੈਚ ਦੇ ਵਿੱਚ ਜਰਗੜੀ ਜੇਤੂ ਆ ਜੀ, ਨੋਟ ਕਰਿਓ ਜਰਗੜੀ। ਅਗਲੀਆਂ ਟੀਮਾਂ ਜਿਹੜੀਆਂ
ਜਿਹੜੇ ਮੰਡੀ ਦਾ ਜਿਹੜਾ ਮੈਚ ਕਕਰਾਲੇ ਭਾਈਕੇ ਦੀ ਟੀਮ ਦੇ ਨਾਲ ਟੀਮ ਤਿਆਰ ਪਰ ਤਿਆਰ ਨੇ ਲਾ ਉਧਰ ਦੀਪਾ ਰਾਮਗੜ੍ਹ ਦੀ ਧਰਤੀ ਦਾ ਕਿ ਜਿਸ ਜਵਾਨ ਨੇ ਹੁਣ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਆਪਣੀ ਟੀਮ ਦੇ ਹਿੱਸੇ ਲਾ ਉਹ ਇੱਕ ਅੰਕ ਦਾ ਵਾਅਦਾ ਕੀਤਾ ਇਧਰ ਮੰਨੂ ਇਸ ਸਮੇਂ ਸਰਾਲੇ ਦੀ ਟੀਮ ਦੇ ਵੱਲੋਂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਅੱਗੇ ਨੂੰ ਵੱਧਦਾ ਜਾ ਰਿਹਾ ਹੈ ਉਧਰ ਚਾਰ ਜਾਫੀਆਂ ਦੇ ਵਿੱਚ ਕਹਿੰਦੇ ਵੀ ਦੁਨੀਆ ਦਾ ਧੱਕੜ ਜਾਫੀ ਸ਼ਿੰਗਾਰਾ ਹਾਲ ਦੀ ਧਰਤੀ ਦਾ ਨਾਲ ਕਹਿੰਦੇ ਵੀ ਕਾਕਾ ਲਾ ਹੁਣ ਦੇਖਦਾ ਵੀ ਗੁਰਵਿੰਦਰ ਵਰਗੇ ਜਾਫੀ ਨੇ ਕੌਣ ਮੇਰੇ ਵੀਰੋ ਗੁਰਵਿੰਦਰ ਸਿੰਘ ਇਸ ਸਮੇਂ ਰਾਮਗੜ੍ਹ ਦੀ ਧਰਤੀ ਦਾ ਇਹ ਕਹਿੰਦੇ ਸੌਂਡੇ ਦੇ ਕਬੱਡੀ ਕੱਪ ਦਾ ਵੈਸਟ ਜਾਫੀ ਮੇਰੇ ਵੀਰੋ ਲਾ ਇਸ ਸਮੇਂ ਲਾ ਜਫਾ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਉਧਰ ਸਰਬਾ ਚੌਂਦੇ ਵਾਲਾ ਨਾਲ ਅਸਰਾ ਚੌਂਦੇ ਵਾਲਾ ਅੱਜ ਜੱਸੀ ਦੀ ਯਾਦ ਆਉਂਦੀ ਆ ਕਿਤੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਮੇਰੀ ਵੀਰਿਓ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਆ ਕੇ ਜੱਸੀ ਚੌਂਦੇ ਵਾਲਾ ਲਓ ਇੱਧਰ ਸੋਨੀ ਬਿਰਦਰੋਂ ਦੀ ਧਰਤੀ ਦਾ ਕਿ ਮੈਂ ਸੁਣਿਆ ਲੋਕਾਂ ਤੋਂ ਸੋਮਾ ਮਿੱਟੀ ਨਹੀਂ ਸੀ ਲਵਾਉਂਦਾ ਰਾਜੀ ਬਿਰਦਰੋ ਪਿੰਡ ਦਾ ਸੀ ਕੌਡੀਆਂ ਪੇਲ ਪੇਲ ਕੇ ਪਾਉਂਦਾ ਗੋੜੂ ਦਿਲਬਰ ਫਰਤੀਲੇ ਸੀ ਕਿ ਦੀਪਾ ਇੱਕ ਦੇ ਜ਼ੋਰ ਤੇ ਨੰਬਰ ਲਿਆਉਂਦਾ ਇੱਕ ਸੀ ਪਿੱਲੂ ਢੰਡੋਲੀ ਦਾ ਕਿ ਜਿੱਥੋਂ ਦਾ ਹੁਣ ਕੌਡੀਆਂ ਪਾਉਂਦਾ ਕਾਲਾ ਇਹ ਰੁਸਤਮ ਕੌਡੀ ਦੇ ਇਹਨਾਂ ਨੂੰ ਜਾਣਦਾ ਜੱਗ ਸਾਰਾ ਉਧਰ ਮੰਨੂ ਅੰਗਰੇਜ਼ ਸਿੰਘ ਦਾ ਚੰਡਿਆ ਹੋਇਆ ਨੌਜਵਾਨ ਕੋਸ਼ਿਸ਼ ਕਰਦਾ ਅਗਲੀਆਂ ਟੀਮਾਂ ਬਿਲਕੁਲ ਤਿਆਰ ਪਰ ਤਿਆਰ ਨੇ ਉਹ ਤੋਂ ਬਾਅਦ ਕਬੱਡੀ 65 ਕਿਲੋ ਜਿਹੜੇ ਮੈਚ ਖੇਡੇ ਜਾਣੇ ਨੇ ਲਓ ਇਹ ਵੀ ਫਾਈਨਲ ਮੈਚ ਹੋਵੇਗਾ ਲਓ ਉਧਰ ਪਈ ਹੋਈ ਕਬੱਡੀ ਲੈ ਵੀ ਸ਼ਿੰਗਾਰਿਆ ਹੁਣ ਜੱਫਾ ਤੇਰਾ ਕਹਿੰਦੇ ਵੀ ਖੇਡ ਮੈਦਾਨ ਦੇ ਵਿੱਚ ਦੇਖਣਾ ਹੈ ਲਓ ਸ਼ਿੰਗਾਰਾ ਹਾਲ ਵਾਲਾ ਕਿ ਟਾਂਸੇ ਦੇ ਕਬੱਡੀ ਕੱਪ ਦੇ ਕਬੱਡੀ ਦੇ ਖਿਡਾਰੀ ਅੰਤਰਰਾਸ਼ਟਰੀ ਖਿਡਾਰੀ ਗੁਰਪਾਲ ਗੁਰਲਾਲ ਉਧਰ ਗੁਰਲਾਲ ਦਾ ਕਿ ਬੁਰਜਾਂ ਵਿੱਚੋਂ ਉੱਚਾ ਬੁਰਜ ਲਾਹੌਰ ਦਾ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਕਿ ਲਾਲਾ ਵਿੱਚੋਂ ਲਾਲ ਹੋ ਗੁਰਲਾਲ ਘਨੌਰ ਦਾ ਇਧਰ ਮੈਚ ਆਪਾਂ ਵੇਖਦੇ ਵੀ ਰਾਮਗੜ੍ਹੀਆ ਦੀਪਾ ਮੇਰੇ ਵੀਰਿਓ ਆਪਣੀ ਟੀਮ ਦੇ ਹਿੱਸੇ ਕੰਕ ਦਾ ਵਾਅਦਾ ਕਰਦਾ ਹੋਇਆ ਲਓ ਰਾਮਗੜ੍ਹ ਦੀ ਟੀਮ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਦੇ ਵਿੱਚ ਪ੍ਰਦਰਸ਼ਨ ਕਰਦੀ ਜਾ ਰਹੀ ਹੈ ਬੋੜਪੁਰ ਦੀ ਧਰਤੀ ਤੇ ਕਹਿੰਦੇ ਲੱਗਾ ਹੋਇਆ ਕਬੱਡੀ ਦਾ ਮੇਲਾ ਕਿ ਲੱਗਦਾ ਕਬੱਡੀ ਵਾਲਾ ਮੇਲਾ ਲੋਕੀ ਦੂਰੋਂ ਦੂਰੋਂ ਨੇ ਦੇਖਣ ਆ ਜਾਂਦੇ ਭੀਮੇ ਵਰਗੇ ਨੇ ਪਾਉਂਦੇ ਰੇਡਾਂ ਕਾਲੇ ਵਰਗੇ ਨੇ ਜਫੇ ਲਾ ਜਾਂਦੇ ਹਰਵਿੰਦਰ ਰੱਬੋ ਤੇ ਦਿਲਵਰ ਝਨੇਰ ਵਰਗੇ ਪਿੰਡ ਦਾ ਨਾਂ ਚਮਕਾ ਜਾਂਦੇ ਨਰਿੰਦਰ ਸਿੰਘ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨਗੇ ਦਿੜਬਾ ਮੰਡੀ ਤੇ ਕਕਰਾਲਾ ਭਾਈਕਾ ਲਲਹੇੜੀ ਤੇ ਜੱਗੀ ਕਰਬ ਸਰਾਲਾ ਕਾਲੀਆ ਤੇ ਭਾਈ ਰੂਪਾ ਦੇ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਭੁੱਲਰ ਘੱਗਰ ਖੇਤਰੀ ਸਪੋਰਟਸ ਕਲੱਬ ਦੇ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਭੁੱਲਰ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨਗੇ ਚੰਨ ਆ ਗਿਆ ਅਗਲੀਆਂ ਟੀਮਾਂ ਬਿਲਕੁਲ ਤਿਆਰ ਰਹਿਣ ਦੀ ਕਿਉਂਕਿ ਮੈਚ ਸਮਾਪਤੀ ਵੱਲ ਨੂੰ ਵਧਦਾ ਜਾ ਰਿਹਾ ਹੈ ਲਓ ਦੀਪਾ ਰਾਮਗੜ੍ਹ ਦੀ ਧਰਤੀ ਦਾ ਡੌਲੇ ਤੇ ਸ਼ੇਰ ਕਨਵਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲੱਗੇ ਨੂੰ ਵਧਦਾ ਹੋਇਆ ਕਿ ਚੱਕੀ ਦੇ ਪੁੜ ਵਰਗੀਆਂ ਹੇਕਾਂ 'ਚ ਦੇਖਦੇ ਵੀ ਕਿਹਨਾਂ ਦੇ ਵਿੱਚ ਜ਼ੋਰ ਹੈ ਕਿਹਦੇ ਵਿੱਚ ਜਾਨ ਮੇਰੇ ਵੀਰਿਓ ਲਓ ਰਾਮਗੜ੍ਹ ਦੇ ਦੀਪੇ ਨੇ ਹੁਣ ਖਿਲਾਰ ਵਾਵਾਂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਦਿੱਤੀ ਹੈ ਲੈ ਵੀ ਮੰਨੂ ਸਰਾਲੇ ਵਾਲਿਆ ਤੇਰੇ ਜੱਫੇ ਮੈਨੂੰ ਯਾਦ ਹਰੀਪੁਰ ਹਿੰਦੂਆਂ ਦੀ ਧਰਤੀ ਤੇ ਜਦ ਆਪਣੀ ਟੀਮ ਨੂੰ ਫਾਈਨਲ ਦੇ ਵਿੱਚ ਲੈ ਗਿਆ ਅੱਜ ਆਪਾਂ ਵੇਖਦੇ ਵੀ ਕਿਹੋ ਜਿਹੀ ਗੱਲ ਕਰਦਾ ਪਰ ਪੁਆਇੰਟ ਦੀਪਾ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਉਧਰ ਗੁਰਵਿੰਦਰ ਦੇ ਨਾਲ ਮਨਦੀਪ ਕਹਿੰਦੇ ਦੀਪੇ ਦਾ ਵੀਰ ਚੈਨ ਦੇ ਵਿੱਚ ਨਾਲ ਕਾਕਾ ਰਾਮਗੜ੍ਹ ਦੀ ਧਰਤੀ ਦਾ ਲਓ ਚਾਰਾਂ ਦੀ ਘੁੰਮਦੀ ਹੋਈ ਚੈਨ ਦੇ ਵਿੱਚੋਂ ਲਓ ਗੁਰਵਿੰਦਰ ਸਿੰਘ ਰਾਮਗੜ੍ਹ ਦੀ ਧਰਤੀ ਦਾ ਪਰ ਦੂਜੇ ਪਾਸੇ ਆਪਾਂ ਦੇਖਦੇ ਵੀ ਸਰਾਲੇ ਵਾਲਾ ਇਸ ਵੇ ਹੰਦੇ ਦੂਰ ਮੇਰੇ ਵੀਰੋ ਔਰ ਆਪਾਂ ਵੇਖਦੇ ਵਾਹ ਪੁਆਇੰਟ ਜਿਹੜਾ ਇਸ ਸਮੇਂ ਰੇਡਰ ਦੇ ਹਿੱਸੇ ਜੁੜਦਾ ਹੋਇਆ ਲਓ ਸਰਾਲੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਬਿਰਦਰੋਂ ਵਾਲਾ ਸੋਨੀ ਪੱਪੀ ਦਾ ਗਰਾਈ ਕਿ ਜਿੱਥੋਂ ਦਾ ਕਹਿੰਦੇ ਵੀ ਜੀਵਨ ਵਰਗੇ ਕਿ ਜਿੱਥੋਂ ਦੇ ਨੱਪ ਵਰਗੇ ਖਿਡਾਰੀ ਹੋਏ ਨੇ ਕਿ ਜਿੱਥੋਂ ਦਾ ਹਰਵਿੰਦਰ ਸਿੰਘ ਕੈਨੇਡਾ ਵਿੱਚ ਵਸ ਗਿਆ ਕਿ ਜਿੱਥੋਂ ਦਾ ਰਾਜੀ ਮੇਰੇ ਵੀਰਿਓ ਲਾ ਉਸੇ ਪਿੰਡ ਦਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਸੋਨੀ ਬਿਰਦਰੋਂ ਵਾਲਾ ਅਨੰਦਪੁਰ ਸਾਹਿਬ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਇਸ ਸਮੇਂ ਹੁਣ ਦੇਖਦਾ ਵੀ ਦੂਜੇ ਪਾਸੇ ਸਰਾਲੇ ਵਾਲਾ ਵਾਹ ਉਹ ਨੌਜਵਾਨ ਹਰ ਪੁਆਇੰਟ ਜਿਹੜਾ ਇਸ ਸਮੇਂ ਫਿਰ ਰਾਮਗੜ੍ਹ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇੱਕ ਅੰਕ ਦਾ ਵਾਧਾ ਹੋ ਚੱਲਿਆ ਮੇਰੀ ਵੀਰਿਓ ਅਗਲੀ ਕਬੱਡੀ ਧੰਨਵਾਦ ਸਰਦਾਰ ਤੇਜਿੰਦਰਪਾਲ ਸਿੰਘ ਜੀ ਸੰਧੂ ਇੰਚਾਰਜ ਹਲਕਾ ਸੰਦੌਰ ਅਤੇ ਉਹਨਾਂ ਦੇ ਨਾਲ ਆਏ ਹੋਏ ਚੇਅਰਮੈਨ ਭੁਪਿੰਦਰ ਸਿੰਘ ਜੀ ਅਸੀਂ ਸਾਰਿਆਂ ਦਾ ਵੋਵ ਕਲੱਬ ਵੱਲੋਂ ਪੰਚਾਇਤ ਵੱਲੋਂ ਧੰਨਵਾਦ ਕਰਦੇ ਹਾਂ
ਲਖੇੜ ਮੈਦਾਨ ਦੇ ਵਿੱਚ ਦੀਪਾ ਰਾਮਗੜ ਦੀ ਧਰਤੀ ਦਾ ਫਿਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕੇ ਤੂੰ ਆਈਪੀਐਲ ਦੇਖਣ ਦੀ ਸ਼ੌਕੀਨ ਕੁੜੇ ਅਸੀਂ ਕਬੱਡੀ ਕੱਪ ਨੇ ਦੇਖੀ ਦੇ ਤੂੰ ਰਹਿੰਦੀ ਨਿੱਤ ਵਿੱਚ ਏਸ਼ੀਅਨ ਤੇ ਅਸੀਂ ਜਿਮ ਚ ਪਿੰਡੇ ਸੇਕੀ ਦੇ ਤੂੰ ਲਾਈਕ ਕਰੇ ਲੌਂਗ ਸਿਕਸਰ ਨੂੰ ਮੈਂ ਸ਼ੌਕੀਆਂ ਜਫੇ ਨਰਾਲੇ ਦਾ ਉਹ ਫੈਨ ਆਸਟ੍ਰੇਲੀਆ ਵਾਲੇ ਵਰਸੁਨੀ ਤੇ ਜੱਟ ਫੈਨ ਆ ਜਲਾਲਪੁਰ ਦੇ ਪਾਲੇ ਦਾ ਲੈ ਹੁਣ ਮੈਦਾਨ ਦੇ ਵਿੱਚ ਮੁਕਾਬਲਾ ਵੇਰੀ ਵੀਰਿਓ ਐਨ ਹੰਦਿਆਂ ਦੇ ਲਾਗੇ ਪਰ ਪਿੱਟੂ ਸਾਨੀਪੁਰੀ ਆ ਹੈਲੋ ਇੱਕ ਮੇਰਾ ਵੀਰ ਚਾਹ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਜੋ ਰੈਫਰੀ ਸਾਹਿਬਾਨ ਸੇਵਾ ਨਿਭਾ ਰਹੇ ਆ ਉਹਨਾਂ ਵਾਸਤੇ ਗਰਾਊਂਡ ਦੇ ਵਿੱਚ 5-7 ਕੱਪ 10 ਕੱਪ ਚਾਹ ਜ਼ਰੂਰ ਉਹਨਾਂ ਨੂੰ ਪਿਆਓ ਥੈਂਕ ਯੂ ਜੀ ਅਗਲਾ ਮੈਚ ਵੀ ਬੜਾ ਤਕੜਾ ਖੇਡਿਆ ਜਾਵੇਗਾ ਦੋਨੇ ਟੀਮਾਂ ਦਾ ਦੋਨੋਂ ਟੀਮਾਂ ਪੁੱਜ ਗਈਆਂ ਨੇ ਉਧਰ ਫੇਰ ਆਪਾਂ ਵੇਖਦੇ ਵੀ ਲੱਗਦਾ ਹੋਇਆ ਜੱਫਾ ਦੇ ਹੰਦੇ ਦੂਰ ਨੇ ਮਾਸਟਰ ਧਰਮ ਸਿੰਘ ਜੀ ਸਾਨੀਪੁਰ ਵਾਲੇ ਕਿ ਜੋ ਕਿ ਸਕੱਤਰ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਲਓ ਆਪਾਂ ਵੇਖਦੇ ਵੀ ਹੁਣ ਕੀ ਫੈਸਲਾ ਕਰਦੇ ਉਧਰ ਨਿਰਮਲ ਸਿੰਘ ਨੇਮਾ ਤੇ ਇੱਧਰ ਸਾਡਾ ਵੀਰ ਪਿੱਟੂ ਸਾਨੀਪੁਰੀ ਆ ਮੇਰੇ ਵੀਰਿਓ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਨੇ ਲਓ ਸੋਨੀ ਬਿਰਤਰੋ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਅੱਗੇ ਨੂੰ ਵਾਧਾ ਹੋਇਆ ਲਓ ਸਾਹਮਣੇ ਹੁਣ ਆਪਾਂ ਦੇਖਦੇ ਹਾਂ ਕਿ ਤਿਹਾੜ ਜੇਲ੍ਹ ਦਾ ਲੌ ਕੇ ਕਹਾਉਂਦਾ ਕਾਲਮਾਂ ਦਾ ਗੁਰਵਿੰਦਰ 100 ਸ਼ੇਰਾਂ ਜਿੰਨੀ ਜਾਨ ਹੈ ਰੱਖਦਾ ਰੱਬੋਂ ਦਾ ਹਰਵਿੰਦਰ ਕਿ ਦੁਨੀਆ ਸਾਰੀ ਲੁੱਟ ਲਈ ਯਾਰ ਉਹ ਪਿੱਟੂ ਦਗਾਲ ਨੇ ਰੇਲ ਗੱਡੀ ਨੂੰ ਜਾਮ ਹੈ ਕਰਤਾ ਸੁੱਖੇ ਪੰਡਾਲ ਨੇ ਕਿ ਕਰਦੇ ਵੇ ਮੰਗੀ ਜਾਮ ਵੀ ਟਾਇਰ ਭੱਜੇ ਜਾਂਦੇ ਟਰਾਲੇ ਦੇ ਕਿ ਸਲਮਾਨ ਖਾਨ ਨੂੰ ਮਾਤ ਨੇ ਪਾਉਂਦੇ ਐਕਸ਼ਨ ਪਾਲੇ ਦੇ ਇੱਧਰ ਲਾਜਫਾ ਇਹ ਅੰਗਰੇਜ਼ ਸਿੰਘ ਦਾ ਚੰਡਿਆ ਹੋਇਆ ਨੌਜਵਾਨ ਮੇਰੇ ਵੀਰਿਓ ਇਸ ਸਮੇਂ ਮੋਨੂ ਸਰਾਲੇ ਵਾਲਾ ਕਿ ਜਿਸ ਜਵਾਨ ਨੇ ਹੁਣ ਲਾਇਆ ਜਫਾ ਉੱਧਰ ਦੇਖਦਾ ਵੀ ਸਹੇੜੀ ਵਾਲੇ ਮੇਜਰ ਦਾ ਚੰਡਿਆ ਹੋਇਆ ਕਹਿੰਦੇ ਨਗਲ ਸ਼ਰਬਤ ਦੀ ਧਰਤੀ ਦਾ ਦਲਜੀਤ ਸਿੰਘ ਖਾੜਕੂ ਜਾਫਲੈਂਡ ਦੇ ਵਿੱਚ ਖੜਾ ਹੋ ਚੁੱਕਾ ਹੈ ਲੈ ਵੀ ਖਾੜਕੂ ਜਿਵੇਂ ਕੈਨੇਡਾ ਦੀ ਧਰਤੀ ਜਫੇ ਲਾਏ ਨੇ ਲਾ ਹੁਣ ਆਪਾਂ ਵੇਖਦੇ ਵੀ ਸਰਾਲੇ ਵਾਲਾ ਆਪਣੀ ਟੀਮ ਦੇ ਹਿੱਸੇ ਕੰਕ ਦਾ ਵਾਧਾ ਕਰਦਾ ਹੋਇਆ ਗਰਾਊਂਡ ਦੇ ਵਿੱਚ ਚਾਹ ਭੇਜ ਦਿਓ ਜੀ ਸਾਡੀ ਬੇਨਤੀ ਹੈ ਚਾਹ ਗਰਾਊਂਡ ਦੇ ਵਿੱਚ ਭੇਜ ਦਿਓ ਸਾਡੇ ਰੈਫਰੀ ਸਾਹਿਬ ਜਿੰਨੇ ਵੀ ਸਕੋਰਰ ਵੀਰ ਨੇ ਉਹਨਾਂ ਦੇ ਲਈ ਚਾਹ ਪਾਣੀ ਖੇਡ ਮੈਦਾਨ ਦੇ ਵਿੱਚ ਭੇਜ ਦਿਓ ਲੈ ਉੱਧਰ ਦੀਪਾ ਰਾਮਗੜ ਦੀ ਧਰਤੀ ਦਾ ਇਸ ਸਮੇਂ ਮੈਦਾਨ ਦੇ ਵਿੱਚ ਲੈ ਪੁਆਇੰਟ ਆਪਣੀ ਟੀਮ ਦੇ ਹਿੱਸੇ ਕੰਕ ਦਾ ਵਾਧਾ ਕਰ ਲਿਆ ਮੈਚ ਸਮਾਪਤ ਹੈ ਇਹਦੇ ਵਿੱਚੋਂ 12.5 ਪੁਆਇੰਟ ਨੇ ਰਾਮਗੜ ਦੇ ਤੇ 7 ਪੁਆਇੰਟ ਨੇ ਸਰਾਲੇ ਦੇ ਇਤਰਾਜ ਦਾ ਫੈਸਲਾ ਬਾਅਦ ਦੇ ਵਿੱਚ ਹੋਵੇਗਾ ਪੁਆਇੰਟਾਂ ਦੇ ਹਿਸਾਬ ਦੇ ਨਾਲ ਰਾਮਗੜ ਦੀ ਟੀਮ ਜੇਤੂ ਹੈ ਅਗਲਾ ਮੈਚ ਦਿੜਬਾ ਮੰਡੀ ਤੇ ਕਕਰਾਲਾ ਭਾਈਕਾ ਅਗਲੀ ਗੱਲ ਸਾਡਾ ਵੀਰ ਸਤਪਾਲ ਖੜਿਆਲ ਜੀ ਕਰਨਗੇ ਇਸ ਮਾਈਕ ਤੋਂ ਸਰ ਜੀਵਾ ਦੇ ਜਖੇ ਪਾਲੋ ਇਧਰਲੇ ਪਾਸੇ ਮੈਚ ਸ਼ੁਰੂ ਹੋ ਚੁੱਕਾ ਹੈ ਪਹਿਲੀ ਕਬੱਡੀ ਦਿੜਬਾ ਮੰਡੀ ਦੇ ਵਾਸਤੇ ਕਹਿੰਦੇ ਸਟੇਟ ਚੈਂਪੀਅਨਸ਼ਿਪ ਦਾ ਮੈਂ ਕੀਤਾ ਇਹ ਨੌਜਵਾਨ ਖਿਡਾਰੀ ਜਖੇ ਪਾਲੋ ਦੇ ਵਿੱਚ ਹੋਈ 62ਵੀਂ ਸਟੇਟ ਚੈਂਪੀਅਨਸ਼ਿਪ ਦਾ ਬੈਸਟ ਰੇਡਰ ਸੰਗਰੂਰ ਜ਼ਿਲ੍ਹੇ ਵੱਲੋਂ ਚੌਂਦੇ ਵਾਲਾ ਸਰਬਾ ਦੂਸਰੇ ਪਾਸੇ ਇਹ ਆ ਨੌਜਵਾਨ ਕਹਿੰਦੇ ਉਹ ਗੱਭਰੂ ਚੋਟੀ ਦੇ ਰਾਜਾ ਬਾਗ ਤੇ ਤੀਰਥ ਦੀਪਾ ਹਾੜਾ ਛੱਡ ਦੋ ਨਸ਼ਿਆਂ ਨੂੰ ਕਾਹਦਾ ਜ਼ਿੰਦਗੀ ਨਾਲ ਸਰੀਕਾ ਇਹ ਆ ਦੀਪਾ ਦੇਦਨੇ ਵਾਲਾ ਦੀਪਾ ਜਫਾ ਲਾਉਂਦਾ ਹੋਇਆ ਪਹਿਲਾ ਪੁਆਇੰਟ ਜਿਹੜਾ ਹੈ ਕਕਰਾਲਾ ਦੀ ਟੀਮ ਦੇ ਹਿੱਸੇ ਜਾ ਜੁੜਿਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਆਪਾਂ ਵੇਖਦੇ ਹਾਂ ਵੀ ਮੰਨਾ ਕਕਰਾਲੇ ਵਾਲਾ ਮੰਨਾ ਇਸ ਸਮੇਂ ਅੱਗੇ ਵੱਲ ਵੱਧਦਾ ਹੋਇਆ ਇੱਕ ਪਾਸੇ ਕਹਿੰਦੇ ਸੱਤੀ ਦਿੜਬੇ ਵਾਲਾ ਨਾਲ ਨੌਜਵਾਨ ਧਿਆਨਾ ਦਿੜਬੇ ਵਾਲਾ ਦਰਸ਼ਨ ਹੈਲੋ ਜਿਹੜੀ ਟੀਮ ਦੇ ਕਿਸੇ ਖਿਡਾਰੀ ਦੇ ਇਤਰਾਜ਼ ਲੱਗਦਾ ਉਹ ਟੀਮ ਉਸ ਖਿਡਾਰੀ ਦਾ ਕੋਈ ਆਇਡੈਂਟੀ ਕਾਰਡ ਨਹੀਂ ਦਿੰਦੀ ਤਾਂ ਉਹ ਟੀਮ ਬਾਹਰ ਕੀਤੀ ਜਾਊਗੀ ਟੂਰਨਾਮੈਂਟ ਗੁਰਧਿਆਨ ਸਿੰਘ ਇਹ ਅਸੀਂ ਪੋਸਟਰ ਦੇ ਉੱਤੇ ਵੀ ਸਪੈਸ਼ਲ ਲਿਖਿਆ ਹੋਇਆ ਦੋ ਆਇਡੈਂਟੀ ਪ੍ਰੂਫ ਲੈ ਕੇ ਆਉਣੇ ਮੋਟਰਸਾਈਕਲ ਕਾਰਾਂ ਦਾ ਜੇਤੂ ਖਿਡਾਰੀ ਕਹਿੰਦੇ ਦਿੜਬੇ ਵਾਲਾ ਧਿਆਨਾ ਲਓ ਸਾਹਮਣੇ ਦਿੜਬੇ ਵਾਲੇ ਧਿਆਨੇ ਦਾ ਲੱਗਿਆ ਹੋਇਆ ਜਫਾ ਮਾਰ ਦੋ ਤਾੜੀ ਪੁਆਇੰਟ ਜਿਹੜਾ ਦਿੜਬਾ ਮੰਡੀ ਦੇ ਹਿੱਸੇ ਜਾ ਜੁੜੇ ਆ ਨੌਜਵਾਨ ਵੀ ਕਹਿੰਦੇ ਇਸ ਸੀਜ਼ਨ ਦੇ ਵਿੱਚ ਬਹੁਤ ਸਾਰੇ ਮੋਟਰਸਾਈਕਲਾਂ ਦਾ ਜੇਤੂ ਬਣਿਆ ਇਹ ਹੈ ਜਗਪਾਲ ਸਿੰਘ ਧੌਲੇ ਵਾਲਾ ਕਹਿੰਦੇ ਬਰਡਵਾਲ ਦੇ ਲਈ ਖੇਡਦਿਆਂ ਮੋਟਰਸਾਈਕਲ ਜਿੱਤੇ ਇਸ ਨੌਜਵਾਨ ਨੇ ਕਹਿੰਦੇ ਧੌਲੇ ਦੇ ਵਾਸਤੇ ਜਗਪਾਲ ਧੌਲੇ ਵਾਲਾ ਜ਼ਿਲ੍ਹਾ ਬਰਨਾਲੇ ਦੀ ਧਰਤੀ ਸ਼ਾਇਰਾਂ ਫਨਕਾਰਾਂ ਦਾ ਸ਼ਹਿਰ ਬਰਨਾਲਾ ਲਓ ਮੈਦਾਨ ਦੇ ਵਿੱਚ ਜਗਪਾਲ ਸਿੰਘ ਵੱਡੀ ਪਾਉਂਦਾ ਹੋਇਆ ਨੌਜਵਾਨ ਇੱਕ ਪਾਸੇ ਕਾਕਾ ਦੂਸਰੇ ਪਾਸੇ ਦੀਪਾ ਨਾਲ ਨੌਜਵਾਨ ਮੇਜਰ ਇਸ ਸਮੇਂ 4 ਬੁਰਜਾਂ ਵਰਗੇ ਸ਼ਤੀਰਾਂ ਵਰਗੇ ਜਾਫੀ ਨੇ ਜਗਪਾਲ ਸਿੰਘ ਦੀ ਪਹਿਲੀ ਕਬੱਡੀ ਦੇ ਦੀਪਾ ਸਾਹਮਣੇ ਜਫਾ ਲਾਉਂਦਾ ਹੋਇਆ ਇਹ ਆ ਨੌਜਵਾਨ ਦੀਪਾ ਦੇਦਨਾ ਵਾਲਾ ਕਿਥੋਂ ਦਾ ਜੋਗੀ ਹੈਲੋ ਖਿਡਾਰੀ ਹੋਇਆ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜਾ ਜੁੜਿਆ ਹੈਲੋ 4 ਜਾਫੀ ਸਾਹਮਣੇ ਦਿੜਬਾ ਮੰਡੀ ਦੇ ਲਓ ਧਿਆਨਾ ਦਿੜਬੇ ਵਾਲਾ ਇਸ ਸਮੇਂ ਮੁਕਾਬਲਾ ਕਰਦਾ ਹੋਇਆ ਨੌਜਵਾਨ ਦਿੜਬੇ ਵਾਲਾ ਧਿਆਨਾ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਕਕਰਾਲਾ ਦੀ ਟੀਮ ਦੇ ਲਈ ਕਬੱਡੀ ਦੇ ਸੁਪਰ ਸਟਾਰ ਦੋਨੋਂ ਟੀਮਾਂ ਦੇ ਵਿੱਚ ਖੇਡ ਰਹੇ ਨੇ ਇੱਕ ਪਾਸੇ 2012-13-14 ਦਾ ਸੀਜ਼ਨ ਦਿੜਬਾ ਦੀ ਟੀਮ ਹੈ ਜੀ ਹੈਲੋ ਜੇ ਕਿਸੇ ਟੀਮ ਦੇ ਖਿਡਾਰੀ ਦੇ ਉੱਤੇ ਕੋਈ ਇਤਰਾਜ਼ ਲੱਗਦਾ ਤਾਂ ਉਸ ਨੂੰ ਆਪਣਾ
ਰਹਿਸ਼ੀ ਜਿਹੜਾ ਪ੍ਰੂਫ ਆ ਉਹ ਦਿਖਾਉਣਾ ਜ਼ਰੂਰੀ ਆ ਕਿਉਂਕਿ ਪੋਸਟਰ ਦੇ ਉੱਤੇ ਵੀ ਪਹਿਲਾਂ ਅਸੀਂ ਲਿਖਿਆ ਹੋਇਆ ਚੌਂਦੇ ਵਾਲਾ ਲੋ ਇਧਰਲੇ ਪਾਸੇ ਆਪਾਂ ਵੇਖਦੇ ਹਾਂ ਵੀ ਫਿਰ ਮੈਦਾਨ ਦੇ ਵਿੱਚ ਮੰਨੇ ਦੀ ਪਈ ਕਬੱਡੀ ਨਿਰੰਜਨ ਸਿੰਘ ਕਮਾਨ ਦਾ ਪੁੱਤਰ ਰਣੀਏ ਦਾ ਛੋਟਾ ਵੀਰੇ ਨੌਜਵਾਨ ਸੱਤੀ ਦਿੜਬੇ ਵਾਲਾ ਇੱਕ ਕਹਿੰਦੇ ਅਭਿਸ਼ੇਕ ਬਚਨ ਦੀ ਟੀਮ ਲਈ ਖੇਡਦਾ ਹੈ ਜਨਾਰਦਨ ਸਿੰਘ ਗਹਿਲੋਤ ਦੀ ਟੀਮ ਲਈ ਖੇਡਦਾ ਰਣੀਆ ਦਿੜਬੇ ਵਾਲਾ ਇਹ ਰਣੀਏ ਦਾ ਛੋਟਾ ਵੀਰੇ ਸੱਤੀ ਦਿੜਬੇ ਵਾਲਾ ਪੰਜਾਬ ਹੈਲੋ 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 ਆ ਪਲੀਜ਼ ਦਾਨੀ ਚਾਚਾ ਜੀ ਨੂੰ ਬੇਨਤੀ ਆ ਕਿ ਮਾੜਾ ਜਿਹਾ ਇੱਕ ਵਾਰੀ ਪਲੀਜ਼ ਦੋ ਮਿੰਟ ਕੱਢ ਕੇ ਸਟੇਜ ਦੇ ਲਾਗੇ ਆਉਣ ਜਿੱਥੇ ਵੀ ਹੈਗੇ ਨੇ ਦਾਨੀ ਚਾਚਾ ਜੀ ਵੈਨਕੂਵਰ ਦੀ ਟੀਮ ਦੇ ਲਈ ਵਰਲਡ ਕਬੱਡੀ ਲੀਗ ਖੇਡਿਆ ਦਿੜਵੇ ਦਾ ਸੱਤੀ ਪਰ ਆਹ ਨੌਜਵਾਨ ਖਿਡਾਰੀ ਆਪਾਂ ਵੇਖਦੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ ਵਾਧਾ ਹੋਇਆ ਲਓ ਜਗਪਾਲ ਸਿੰਘ ਧੌਲੇ ਵਾਲਾ ਦੂਸਰੇ ਪਾਸੇ ਕਾਕਾ ਕਾਕਾ ਦੇਦਨਾ ਵਾਲਾ ਨੌਜਵਾਨ ਜਫਾ ਲਾਉਂਦਾ ਹੈ ਇੱਕ ਘਣੀ ਵਾਲੀ ਆ ਕਾਕਾ ਹੈ ਜ਼ਿਲ੍ਹਾ ਪਟਿਆਲੇ ਦਾ ਪ੍ਰਸਿੱਧ ਖਿਡਾਰੀ ਹੈਲੋ ਲਓ ਉੱਧਰ ਲੱਗਿਆ ਹੋਇਆ ਜਫਾ ਪੁਆਇੰਟ ਜਿਹੜਾ ਜਾਫੀ ਦਾ ਹੈਲੋ ਨਰਿੰਦਰ ਸਿੰਘ ਚਮਕੌਰ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਨੌਜਵਾਨ ਉੱਧਰ ਰਾਣਾ ਸਾਡਾ ਵੀਰ ਕਰਾਹ ਸਾਹਿਬ ਵਾਲਾ ਵੀ ਪੁੱਜਾ ਹੋਇਆ ਹੈ ਕਬੱਡੀ ਦਾ ਵੱਡਾ ਪ੍ਰੇਮੀ ਜ਼ਿੰਦਗੀ ਦਾ ਪਰਮ ਮਿੱਤਰ ਰਾਣੇ ਹੋਰੀ ਵੀ ਪੁੱਜੇ ਹੋਏ ਨੇ ਕਿ ਆਉਣ ਯਾਰ ਬੇਲੀ ਵਨ ਵਨ ਟੋਲੀਆਂ ਮੇਰੇ ਮੋਢੇ ਦੇ ਬੰਦੂਕ ਪਾਉਂਦੀ ਬੋਲੀਆਂ ਇੱਧਰਲੇ ਪਾਸੇ ਮੈਦਾਨ ਦੇ ਵਿੱਚ ਚਮਕੌਰ ਸਿੰਘ ਕਕਰਾਲੇ ਵਾਲਾ ਬੜਾ ਤੇਜ਼ ਤਰਾਰ ਦਰਸ਼ਨ ਦਿੜਵਾ ਤਕੜਾ ਜਾਫੀ ਜਿਵੇਂ ਸ਼ੀਰਾ ਪਿੱਥੋਂ ਦਾ ਧਰਮ ਸਿੰਘ ਜੀ ਸਾਨੀਪੁਰ ਵਾਲੇ ਫੈਸਲਾ ਕਰਨਗੇ ਪੁਆਇੰਟ ਕਿਸ ਖਿਡਾਰੀ ਦੇ ਹਿੱਸੇ 'ਚ ਆ ਜੁੜਨਾ ਹੈ ਇੱਧਰ ਕੁਲਵੀਰ ਸਿੰਘ ਜੀ ਬਹੁਤ ਵੱਡਾ ਧੰਨਵਾਦ ਹੈ ਸਰਬਾ ਚੌਂਦਾ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਸਰਬਜੀਤ ਸਿੰਘ ਚੌਂਦਾ ਵਾਲੇ ਦੀ ਪਈ ਕਬੱਡੀ ਸਟੇਟ ਚੈਂਪੀਅਨਸ਼ਿਪ ਦਾ ਇਹ ਬੈਸਟ ਰੇਡਰ 2015 ਦਾ ਲਓ ਮੈਦਾਨ ਦੇ ਵਿੱਚ ਚਾਰ ਜਾਫੀ ਸਾਹਮਣੇ ਨੇ ਇੱਕ ਪਾਸੇ ਦੀਪਾ ਦੂਸਰੇ ਪਾਸੇ ਕਾਕਾ ਨਾਲ ਮੇਜਰ ਮੁਕਾਬਲਾ ਇਸ ਸਮੇਂ ਦੀਪੇ ਦੇ ਨਾਲ ਹੋ ਚੁੱਕਾ ਹੈ ਲਓ ਸਾਹਮਣੇ ਦੀਪਾ ਇਹ ਦੀਪੇ ਦਾ ਕਹਿੰਦੇ ਤੀਜਾ ਜਾਂ ਉੱਧਰ ਸਾਡੇ ਬੰਟੀ ਪ੍ਰਧਾਨ ਜੀ ਖੁਸ਼ ਨੇ ਅੱਜ ਕਹਿੰਦੇ ਦੁਨੀਆਂ ਦੇ ਗ੍ਰੰਥ ਖਿਡਾਰੀ ਪੁੱਜੇ ਨੇ ਇਸ ਖੇਡ ਗਰਾਊਂਡ ਦੇ ਵਿੱਚ ਵੱਡੇ ਵੱਡੇ ਮੱਲ ਪੁੱਜੇ ਨੇ ਕਬੱਡੀ ਦੇ ਗੁਰਲਾਲ ਘਨੌਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਇਸ ਏਰੀਏ ਦਾ ਮਹਾਨ ਖਿਡਾਰੀ ਲੰਮੀ ਪਾਰੀ ਦਾ ਘੋੜਾ ਸਾਡੀ ਖੇਡ ਕਬੱਡੀ ਦਾ ਚਨੇੜੀ ਤੇ ਮੁੰਦੜੀ ਦੀ ਟੀਮ ਦਾ ਜਿਹੜਾ ਮੈਚ ਹੋਇਆ ਹੈ ਮੁੰਦੜੀ ਵਾਲੇ ਖਿਡਾਰੀਆਂ ਨੂੰ ਬੇਨਤੀ ਵੀ ਉਹ ਆਪਣੇ ਪ੍ਰੂਫ ਦੇਣ ਨਹੀਂ ਫਿਰ ਮੁੰਦੜੀ ਦੀ ਟੀਮ ਸਕਰੈਚ ਹੋਊਗੀ ਕਲੱਬ ਦਾ ਫੈਸਲਾ 2 ਮਿੰਟ ਦਾ ਸਮਾਂ ਹੈ ਮੁੰਦੜੀ ਦੀ ਟੀਮ ਦੇ ਖਿਡਾਰੀ 2 ਮਿੰਟ ਦੇ ਵਿੱਚ ਆਪਣੇ ਜਿਹੜੇ ਪੁਖਤਾ ਸਬੂਤ ਨੇ ਉਹ ਕਲੱਬ ਕੋਲ ਜਮ੍ਹਾਂ ਕਰਵਾਉਣ ਰਾਮਗੜ੍ਹ ਦੇ ਸਰਾਲੇ ਦਾ ਜਿਹੜਾ ਇਤਰਾਜ਼ ਹੋਇਆ ਉਹ ਵੀ ਆਪਣਾ ਦੋ ਪਲੇਅਰਾਂ ਤੋਂ ਵੱਧ ਕਿਸੇ ਵੀ ਟੀਮ ਦੇ ਵਿੱਚ ਪਲੇਅਰ ਨਹੀਂ ਖੇਡਣਗੇ ਐਕਸਟਰਾ ਇਹ ਕਲੱਬ ਦਾ ਹੁਕਮ ਹੈ ਕਲੱਬ ਵੱਲੋਂ ਹੁਕਮ ਹੈ ਵੀ ਜੇ ਕੋਈ ਦੋ ਪਲੇਅਰਾਂ ਤੋਂ ਵੱਧ ਟੀਮ ਪਲੇਅਰ ਖਿਡਾਉਂਦੀ ਹੈ ਤਾਂ ਟੀਮ ਸਕਰੈਚ ਹੋਊਗੀ ਲਓ ਇਧਰਲੇ ਪਾਸੇ ਦਰਸ਼ਨ ਦਿੜਬੇ ਵਾਲਾ ਮੁਕਾਬਲਾ ਕਰਦਾ ਹੋਇਆ ਕਲੀ ਵਾਲੇ ਵੀਰ ਨੂੰ ਬੇਨਤੀ ਵੀ ਕਲੀ ਪਾ ਦੇ ਇੱਥੇ ਇੱਥੇ ਲੋੜ ਹੈ ਕਿਉਂਕਿ ਮੈਚ ਬਹੁਤ ਫਸਵੇਂ ਨੇ ਇੱਕ ਇੱਕ ਮੈਚ ਜਿਹੜਾ ਬੜਾ ਕੀਮਤੀ ਅੱਜ ਦੇ ਟੂਰਨਾਮੈਂਟ ਦਾ ਲੋ ਇਧਰਲੇ ਪਾਸੇ ਫਿਰ ਨੌਜਵਾਨ ਸਰਬਾ ਚੌਂਦੇ ਵਾਲਾ ਕਬੱਡੀ ਪਾ ਕੇ ਵਾਪਸ ਆਉਂਦਾ ਹੋਇਆ ਦਿੜਬਾ ਦੀ ਟੀਮ ਦੇ ਲਈ ਅਗਲਾ ਜਿਹੜਾ ਮੈਚ ਖੇਡਿਆ ਜਾਵੇਗਾ ਇਹ ਵੀ ਟੀਮਾਂ ਤਿਆਰ ਵਰ ਤਿਆਰ ਰਹਿਣ ਜੀ ਲਲਹੇੜੀ ਤੇ ਜੱਗੀ ਕਲੱਬ ਸਰਾਲਾ ਨਾਲ ਹੀ 65 ਕਿੱਲੋ ਭਾਰ ਦਾ ਫਾਈਨਲ ਵੀ ਜਿਹੜਾ ਥੋੜੇ ਸਮੇਂ ਦੇ ਵਿੱਚ ਹੀ ਹੋਵੇਗਾ ਭਾਈ ਰੂਪਾ ਤੇ ਕਾਲੀਆ ਬੋੜਪੁਰ ਤੇ ਹਮੀਰਗੜ੍ਹ ਇਧਰਲੇ ਪਾਸੇ ਮੰਨਾ ਨੌਜਵਾਨ ਪੁਆਇੰਟ ਲੱਗੇ ਵਾਪਸ ਆਉਂਦਾ ਹੋਇਆ ਮੰਨਾ ਪੁਆਇੰਟ ਲੱਗੇ ਵਾਪਸ ਆਉਂਦਾ ਹੋਇਆ ਜਗਪਾਲ ਸਿੰਘ ਧੌਲੇ ਵਾਲਾ ਰਾਮ ਸਰੂਪ ਅਣਖੀ ਦਾ ਪਿੰਡ ਹੈ ਧੌਲਾ ਕਹਿੰਦੇ ਜ਼ਿਲ੍ਹਾ ਬਰਨਾਲੇ ਦਾ ਮਸ਼ਹੂਰ ਚੀਂਬਾ ਜਡੇੜੀ ਵਾਲਿਆਂ ਨੂੰ ਬੇਨਤੀ ਹੈ ਕਿ ਇੱਕ ਖਿਡਾਰੀ ਆ ਜਾਓ ਤੇ ਮੁੰਦੜੀ ਵਾਲਿਆਂ ਨੂੰ ਬੇਨਤੀ ਹੈ ਸਟੇਜ ਦੇ ਅੱਗੇ ਆ ਜਾਓ ਜਸਟ ਇੱਕ ਮਿੰਟ ਹੈ ਇੱਕ ਮਿੰਟ ਦੇ ਵਿੱਚ ਇੱਕ ਇੱਕ ਖਿਡਾਰੀ ਦੋਨੇ ਆ ਜਾਓ ਦੀਪੇ ਦੇ ਵਾਸਤੇ ਤਾੜੀ ਮਾਰ ਦਿਓ ਦਰਸ਼ਕ ਵੀਰੋ ਇਹ ਆ ਦੀਪਾ ਦੇਦਨਾ ਵਾਲਾ ਜਿਸ ਨੌਜਵਾਨ ਨੇ ਲਗਾਤਾਰ ਕਹਿੰਦੇ ਚਾਰ ਜਫੇ ਲਾ ਦਿੱਤੇ ਨੇ ਦੇਦਨਾ ਵਾਲਾ ਦੀਪਾ ਇੱਧਰ ਮੈਦਾਨ ਦੇ ਵਿੱਚ ਬੱਲੇ ਬੱਲੇ ਪਾਉਂਦਾ ਹੈ ਦੂਸਰੇ ਪਾਸੇ ਸੱਤੀ ਦਿੜਬੇ ਵਾਲਾ ਇਹ ਵੀ ਨੌਜਵਾਨ ਕਹਿੰਦਾ ਕਾਲੇ ਪਾਣੀ ਉਹ ਖੱਤ ਸੀ ਕਿਸਨੇ ਨੇ ਪਾਇਆ ਤੂੰ ਬਦਲਾ ਲੈ ਲਈ ਵੀਰਿਆ ਜੇ ਮਾਂ ਦਾ ਜਾਇਆ ਇਹ ਰਣੀਏ ਦਾ ਛੋਟਾ ਵੀਰ ਹੈ ਲਓ ਮੈਦਾਨ ਦੇ ਵਿੱਚ ਬੱਲੇ ਬੱਲੇ ਹੋ ਗਈ ਇੱਕ ਪਾਸੇ ਸੱਤੀ
दूसरे पास चमकौर ककराले पाइके वाला बल्ले 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 पॉइंट जाफी दा ये स्वाद आ रहा ताड़ी मार दो एक बार जोरदार भागड़ा मैच खेडा जा रहा है बहुत तगड़ा मैच खेडा जा रहा है दोनों टीमों के दरमियान लो इधरले पासे रेड जड़ी सरबा पा रहा है चौंदे वाला उधर भी देदना वाला दीपा नहीं रिसा यार दीपा देदना वाला नौजवान कि तेनू सुखिया जान नहीं देना बहुत या मजाजा वाले पॉइंट जिहड़ा जाफी के हिस्से जा जुड़े है मैच जिहड़ा समाप्त हो चुका है जी इतराज लगे हुआ जी ककराला दे बारह नंबर ने साढ़े बारह नंबर ने जी पांच नंबर ने दिलवे पर इतराज लगे हुए फैसला कमेटी करूगी पहली कबड्डी जी मैदान देख रहे हैं भी नौजवान खिडारी मान पाने के वास्ते अगे वाल वाधा होया ललहेड़ी की टीम वालों खन्ने के लागे ललहेड़ी पिंड सुखमन करके दुनिया भर के मशहूर होया कबड्डी का खिडारी जिथों का सुखमन मशहूर होया जगी लो इधरले पास मैदान पहली कबड्डी मान दूसरे पास जाफी कोशिश करता हुआ एक जोर लाओ जफा होगी बल्ले बल्ले लाओ सामने काठी पा के बैठ गया है डोम छेड़ी के परविंदर पहलवान वाग के छाती बल हो दुनिया फिर पुछदी सरनामा हरजीत बराड़ जहे बिरले पुत जम दिया मामा गुरलाल कनौर जहे बिरले पुत जम दिया मामा अज माण है कबड्डी के खिडारियों के उत्ते लो इधरले पास अगली रेड आप फिर वेखते भी नौजवान सराले वाला खिडारी पाने के लिए अगे वाल वाधा हो कालिया दे भाई रूपा इस तो अगला मैच होगा यह भी टीम खेड ग्राउंड पुजियां जी कालिया वर्सज भाई रूपा इस तो अगला मैच खेडा जाएगा लो सामने मैदान के पहली कबड्डी जाफी पूरी ट्राई करता हुआ पॉइंट जिहड़ा रेडर के हिस्से जा जुड़े है सराले की टीम के लिए नौजवान अंक का वाधा करता हुआ एक पासे कनौर के लागे सराला पिंड दूसरे पासे कहिंदे खन्ने के लागे ललहेड़ी पिंड के खिडारी खेड के मैदान के चलता हुआ मुकाबला दोनों टीमों के दरमियान मैदान के पही कबड्डी सुनौजन खिडारी की आप देखते हैं जाफी चारों पूरे तैयार ने लाला सराला जिथों का मशहूर खिडारी है गोरे वर्गे खिडारी यूरोप के खेडे इस साल बहजा बहजा करवाई सामने नौजवान फड़ता हुआ गुट पूरी कोशिश करता हुआ पॉइंट जिहड़ा रेडर के हिस्से जा जुड़िया है लो इधरले पासे फिर मैदान के इस समय नौजवान प्रवीण कबड्डी पाता हुआ दूसरे पासे जाफी कोशिश करता हुआ ललहेड़ी वाला वाह पॉइंट जिहड़ा रेडर के हिस्से जा जुड़े है कि चिट्ठी खन्ने चो दविंदरा बिरंग आऊगी रख साहब के जवानी तेरे कम आऊगी अगली रेड मैदान के फिर मान पा रहा नौजवान इस समय अगे वाल वाधा हुआ ललहेड़ी की टीम का खिडारी दूसरे पासे जाफी कोशिश करता हलो भज गई कैंची हो गए हंधे दूर मुकाबला सख्त हो गया है सामने आप देखते भी लगती हुई कैंची कैंची कबड्डी का सब तो वड्डा दा है पॉइंट जिहड़ा जाफी के हिस्से जा जुड़िया है सराला की टीम के लिए जग्गी क्लब सराले के लिए पॉइंट का वाधा करता हुआ यह नौजवान खिडारी अगला मैच जिहड़ा होगा भाई रूपा वर्सज कालिया दोनों टीम खेड ग्राउंड के पुजियां जी भाई रूपा ते कालिए का इस तो अगला मैच होगा यह भी दोनों टीम खेड ग्राउंड के पुजियां बोड़पुर के हमीरगढ़ बी फिर लास्ट मैच उस तो बाद 65 किलो भार का फाइनल लो सामने मैदान के फिर सराले वाला नौजवान बढ़िया होया रेड पाने के वास्ते दूसरे पास जाफी कोशिश करता हुआ फड़िया हुआ गुट छिड़ा हुआ नौजवान लागे सुटता हुआ पॉइंट जिहड़ा रेडर के हिस्से जा जुड़िया है लो इधरले पासे फिर लगता हुआ जफा सराले वाले गभरू का दर्शकों के हुले हुलारे ने खुशी है उत्साह है सामने आप देखते भी जफा लग चुका है जाफी पूरी कोशिश कर रहा पॉइंट जिहड़ा जाफी का सराले की टीम के लिए जुड़ता हुआ जे स्वाद आ रहा ताड़ी मार दो एक बार दर्शक वीरों अज के टूरनामेंट का कहिंदे बोड़पुर के टूरनामेंट खेडा जा रहा है बिट्टू बोड़पुरिया
ਗੁਰਲਾਲ ਘਨੌਰ ਦੇ ਲਈ ਖੇਡਿਆ, ਘਨੌਰ ਦੀ ਟੀਮ ਦੇ ਲਈ ਖੇਡਿਆ ਬਿੱਟੂ ਬੋੜਪੁਰੀਆ ਬਤੌਰ ਜਾਫੀ ਦੇ ਤੌਰ ਤੇ। ਇਧਰਲੇ ਪਾਸੇ ਆਪਾਂ ਵੇਖਦੇ ਹਾਂ ਵੀ ਮੈਦਾਨ ਦੇ ਵਿੱਚ ਫਿਰ ਪ੍ਰਵੀਨ ਰੇਡ ਪਾਉਣ ਦੇ ਵਾਸਤੇ ਵਾਧਾ ਹੋਇਆ। ਪ੍ਰਵੀਨ ਦੀ ਮੈਦਾਨ ਦੇ ਵਿੱਚ ਪੈਂਦੀ ਕਬੱਡੀ ਸਾਹਮਣੇ, ਚਾਰੋ ਜਾਫੀ ਬਿਲਕੁਲ ਤਿਆਰ ਨੇ, ਵੱਧ ਕੇ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਲੱਗਿਆ। ਤੇ ਭਾਈ ਰੂਪਾ ਬੋੜਪੁਰ ਤੇ ਹਮੀਰਗੜ੍ਹ ਬੀ, ਇਹ ਵੀ ਟੀਮ ਤਿਆਰ ਕਰਦੇ ਆ ਰਹਿਣ ਜੀ। ਕਾਲੀਆ ਦੇ ਭਾਈ ਰੂਪੇ ਨੂੰ ਬੇਨਤੀ ਆ ਵੀ ਖੇਡ ਗਰਾਊਂਡ ਦੇ ਵਿੱਚ ਪੁੱਜ ਜਾਣ ਦੋਨੋਂ ਟੀਮਾਂ। ਕਾਲੀਆ ਵਰਸ ਭਾਈ ਰੂਪਾ, ਇਸ ਤੋਂ ਅਗਲਾ ਮੈਚ ਹੋਵੇਗਾ, ਇਹ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ। ਧਰਮ ਸਿੰਘ ਜੀ ਸਾਨੀਪੁਰ ਵਾਲੇ ਫੈਸਲਾ ਕਰਨਗੇ ਕਿ ਤਿੱਲੀ ਲੌਂਗ ਦੀ ਮੁਕੱਦਮਾ ਭਾਰੀ ਵੇ ਥਾਣੇਦਾਰਾ ਫੈਸਲਾ ਸੋਚ ਕੇ ਨਹੀਂ। ਪੁਆਇੰਟ ਜਿਹੜਾ ਜਾਫੀ ਦਾ ਹੈ, ਜਾਫੀ ਦੇ ਹਿੱਸੇ ਪੁਆਇੰਟ ਜੁੜਦਾ ਹੋਇਆ ਸਰਾਲਾ ਦੀ ਟੀਮ ਦੇ ਲਈ। ਕਾਲੀਆ ਵਰਸ ਭਾਈ ਰੂਪਾ, ਆ ਜਾਓ ਭਾਈ ਰੂਪਾ ਦੀ ਟੀਮ ਖੇਡ ਗਰਾਊਂਡ ਦੇ ਵਿੱਚ ਪੁੱਜ ਗਈ। ਕਾਲੀਏ ਵਾਲੇ ਵੀ ਪੁੱਜ ਜਾਣ। ਭਾਈ ਰੂਪਾ ਦੇ ਕਾਲੀਏ ਦਾ ਮੈਚ ਹੋਵੇਗਾ ਇਸ ਤੋਂ ਬਾਅਦ ਕਬੱਡੀ ਓਪਨ ਦਾ। ਇਧਰਲੇ ਪਾਸੇ ਮੈਦਾਨ ਦੇ ਵਿੱਚ ਫਿਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਅੱਗੇ ਵੱਲ ਵੱਧਦਾ ਹੋਇਆ ਇਹ ਨੌਜਵਾਨ ਖਿਡਾਰੀ ਆਪਾਂ ਵੇਖਦੇ ਹਾਂ ਲਲਹੇੜੀ ਦੀ ਟੀਮ ਵੱਲੋਂ। ਦੂਸਰੇ ਪਾਸੇ ਸਰਾਲੇ ਵਾਲਾ ਜਾਫੀ ਪੂਰੀ ਕੋਸ਼ਿਸ਼ ਕਰਦਾ ਹੋਇਆ, ਪੁਆਇੰਟ ਜਿਹੜਾ ਸਰਾਲਾ ਦੀ ਟੀਮ ਦੇ ਹਿੱਸੇ ਜਾ ਜੁੜਿਆ। ਰੇਡ ਜਿਹੜੀ ਟਰਨ ਬਾਈ ਟਰਨ ਹੈ, ਸਾਰੀਆਂ ਟੀਮਾਂ ਦੇ ਖਿਡਾਰੀ ਲੋਡ ਕਰ ਲੈਣਗੇ। ਟਰਨ ਬਾਈ ਟਰਨ ਇੱਕ ਟੀਮ ਦੇ ਵਿੱਚ ਦੋ ਖਿਡਾਰੀ ਜਿਹੜੇ ਓਪਨ ਦੇ ਵਿੱਚ ਦੂਸਰੇ ਪਿੰਡ ਦੇ ਖੇਡ ਸਕਦੇ ਨੇ। ਜੇਕਰ ਦੋ ਤੋਂ ਵੱਧ ਖਿਡਾਰੀ ਖੇਡਦੇ ਨੇ, ਦੂਜੀ ਟੀਮ ਇਤਰਾਜ਼ ਕਰਦੀ ਹੈ ਤਾਂ ਉਹ ਟੀਮਾਂ ਸਕ੍ਰੈਚ ਕੀਤੀਆਂ ਜਾਣਗੀਆਂ। ਇਹ ਸਾਰੇ ਖਿਡਾਰੀ ਵੀ ਲੋਡ ਕਰ ਲੈਣ, ਕਲੱਬ ਦਾ ਫੈਸਲਾ ਹੈ। ਲਓ ਇਧਰਲੇ ਪਾਸੇ ਇਹੀ ਕਬੱਡੀ ਸੁਨੋਜਨ ਖਿਡਾਰੀ ਦੀ। ਮੈਚ ਸਮਾਪਤ ਹੋ ਗਿਆ ਜੀ, 10.5 ਪੁਆਇੰਟ ਨੇ ਜੀ ਜੱਗੀ ਕਲੱਬ ਸਰਾਲਾ ਦੇ, 2 ਪੁਆਇੰਟ ਨੇ ਲਲਹੇੜੀ ਦੇ। ਜੱਗੀ ਕਲੱਬ ਸਰਾਲਾ ਦੀ ਟੀਮ ਜੇਤੂ। ਕਾਲੀਆ ਦੇ ਭਾਈ ਰੂਪਾ, ਇਸ ਤੋਂ ਬਾਅਦ ਬੋੜਪੁਰ ਤੇ ਹਮੀਰਗੜ੍ਹ ਦਾ ਮੈਚ ਹੋਵੇਗਾ ਜੀ, ਇਹ ਵੀ ਟੀਮਾਂ ਤਿਆਰ ਰਹਿਣ। ਕਾਲੀਆ ਦੇ ਭਾਈ ਰੂਪੇ ਦਾ ਮੈਚ ਸ਼ੁਰੂ ਕਰਵਾਓ ਜੀ। ਉਧਰ ਕਮਲ ਕਾਲੀਏ ਵਾਲਾ, ਕੁਲਵੀਰ ਕਾਲੀਏ ਵਾਲਾ, ਦੋਨੋਂ ਵੀਰ ਵਰਲਡ ਕਬੱਡੀ ਲੀਗ ਦੇ ਵਿੱਚ ਖੇਡੇ ਵੱਖ ਵੱਖ ਟੀਮਾਂ ਦੇ ਵਾਸਤੇ। ਕੁਲਵੀਰ ਕਹਿੰਦੇ ਜੋ ਜੋ ਪ੍ਰਵੀਨ ਬਹੁਪੁਰੀਆ ਪਹਿਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਦਾ ਹੋਇਆ। ਚਾਰ ਜਾਫੀ ਭਾਈ ਰੂਪਾ ਪਿੰਡ ਦੇ ਸਾਹਮਣੇ ਮੁਕਾਬਲਾ ਕਰਦੇ ਹੋਏ, ਜਿੱਥੋਂ ਦੇ ਮਾਸਟਰ ਗੁਲਜ਼ਾਰ ਸਿੰਘ ਜੀ ਹੋਏ ਨੇ ਕਬੱਡੀ ਦੇ ਵਿੱਚ ਘੋੜੇ ਵਰਗੇ ਖਿਡਾਰੀਆਂ ਦਾ, ਰਾਜੂ ਵਰਗੇ ਦਾ ਸਿੱਕਾ ਚੱਲਿਆ। ਲਓ ਸਾਹਮਣੇ ਪਹਿਲੀ ਕਬੱਡੀ ਪ੍ਰਵੀਨ ਦੀ ਮੈਦਾਨ ਦੇ ਵਿੱਚ ਪੈਂਦੀ ਹੋਈ, ਪਹਿਲਾ ਜਫਾ ਲੱਗਦਾ ਹੋਇਆ ਜਿਹੜਾ ਇਸ ਸਮੇਂ ਪਹਿਲੀ ਕੋਸ਼ਿਸ਼ ਕਰਦਾ ਹੋਇਆ ਭਾਈ ਰੂਪੇ ਵਾਲਾ ਨੌਜਵਾਨ ਬਹੁਪੁਰੀਏ ਪ੍ਰਵੀਨ ਦੀ ਪਹੀ ਕਬੱਡੀ। ਵਾਹ, 30 ਸਕਿੰਟ ਦਾ ਸਮਾਂ ਸਮਾਂ ਬੀਤਦਾ ਜਾ ਰਿਹਾ ਹੈ, ਸਮਾਂ ਬਲਵਾਨ ਹੈ। ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜਾ ਜੁੜਿਆ ਹੈ, ਪੁਆਇੰਟ ਜਿਹੜਾ ਜੁੜਦਾ ਹੋਇਆ ਭਾਈ ਰੂਪਾ ਦੀ ਟੀਮ ਦੇ ਲਈ ਅਗਲੀ ਕਬੱਡੀ ਪਾਉਣ ਦੇ ਵਾਸਤੇ। ਭਾਈ ਰੂਪੇ ਵਾਲਾ ਨੌਜਵਾਨ ਧਰਤੀ ਮਾਂ ਨੂੰ ਟੇਕਦਾ ਹੋਇਆ ਮੱਥਾ ਅੱਗੇ ਵੱਲ ਵੱਧਦਾ ਹੋਇਆ। ਇੱਕ ਪਾਸੇ ਕਮਨਦੀਪ ਸਿੰਘ ਕਾਲੀਆ, ਉੱਚੇ ਲੰਬੇ ਕੱਦ ਦਾ ਖਿਡਾਰੀ, ਦੂਸਰੇ ਪਾਸੇ ਕਹਿੰਦੇ ਕੁਲਵੀਰ ਕਾਲੀਆ, ਨਾਲ ਸੁਖਪਾਲ ਵਰਗੇ ਖਿਡਾਰੀ। ਇਹ ਖਿਡਾਰੀ ਜਿਹੜੇ ਨੇ ਵੱਖ ਵੱਖ ਮੰਚਾਂ ਦੇ ਉੱਤੇ ਕਬੱਡੀ ਦੇ ਲਈ ਖੇਡਦੇ ਹੈ, ਵੱਡੇ ਟੂਰਨਾਮੈਂਟ ਦੇ, ਕਦੇ ਟੌੜੇ ਦੇ ਕੱਪ ਦਾ ਬੁਲਟ ਮੋਟਰਸਾਈਕਲ ਜੇਤੂ ਬਣਿਆ ਘਨੌਰ ਦੀ ਟੀਮ ਦੇ ਲਈ ਖੇਡਦੇ ਆ। ਕੁਲਵੀਰ ਕਾਲੀਆ ਨੂੰ ਸੁਖਪਾਲ ਸਿੰਘ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਨੌਜਵਾਨ, ਪੁਆਇੰਟ ਜਿਹੜਾ ਭਾਈ ਰੂਪੇ ਦੇ ਹਿੱਸੇ ਜਾ ਜੁੜਿਆ ਹੈ। ਆਹ ਨੌਜਵਾਨ ਕਹਿੰਦੇ ਭਾਰਤੀ ਟੀਮ ਲਈ ਚੌਥੇ ਵਰਲਡ ਕੱਪ ਦੇ ਵਿੱਚ ਖੇਡਿਆ। ਆਹ ਖਿਡਾਰੀ ਕਹਿੰਦੇ ਚੌਥੇ ਵਰਲਡ ਕੱਪ ਦੇ ਵਿੱਚ ਇੰਡੀਆ ਟੀਮ ਦੇ ਲਈ ਖੇਡਿਆ। ਇਹ ਹੈ ਮਾਲਾ ਗੋਬਿੰਦਪੁਰੀਆ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਨੌਜਵਾਨ। ਇਸ ਸਮੇਂ ਬਰੇਟਿਆਂ ਦੇ ਲਾਗੇ ਬੁਢਲਾਡੇ ਦੇ ਲਾਗੇ ਪਿੰਡ ਹੈ ਇਸ ਨੌਜਵਾਨ ਦਾ ਗੋਬਿੰਦਪੁਰਾ। ਲਓ ਸਾਹਮਣੇ ਪੁਆਇੰਟ ਲੱਗੇ ਵਾਪਸ ਆਉਂਦਾ ਹੋਇਆ ਮਾਲਾ ਗੋਬਿੰਦਪੁਰੀਆ। ਜਦੋਂ 2013 ਦੇ ਵਿੱਚ ਵਰਲਡ ਕੱਪ ਖੇਡਿਆ ਗਿਆ ਉਸ ਸਮੇਂ ਇਹ ਨੌਜਵਾਨ ਭਾਰਤੀ ਟੀਮ ਦਾ ਖਿਡਾਰੀ ਸੀ। ਪਰ ਅਗਲੀ ਰੇਡ ਆਪਾਂ ਵੇਖਾਂਗੇ ਵੀ ਬੱਬੂ ਪਾ ਰਿਹਾ ਨੌਜਵਾਨ ਭਾਈ ਰੂਪੇ ਵਾਲਾ, ਬੱਬੂ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ। ਸਾਹਮਣੇ ਚਾਰ ਜਾਫੀਆਂ ਦੇ ਵਿੱਚ ਕੁਲਵੀਰ ਕਾਲੀਏ ਵਾਲਾ, ਇੱਧਰ ਕੁਲਵੀਰ ਸਿੰਘ ਜੀ ਗਰੇਵਾਲ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ, ਉੱਧਰ ਕੁਲਵੀਰ ਕਾਲੀਏ ਵਾਲਾ ਵਰਤਮਾਨ ਸਮੇਂ ਦਾ ਖਿਡਾਰੀ। ਲਓ ਇਸ ਸਮੇਂ ਗਰੇਵਾਲ ਪਰਿਵਾਰ ਦਾ ਹੈ ਇਹ ਨੌਜਵਾਨ ਖਿਡਾਰੀ, ਜਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ। ਇਸ ਸਮੇਂ ਆਪਾਂ ਵੇਖਦੇ ਵੀ ਕੁਲਵੀਰ ਦਾ ਲੱਗਿਆ ਹੋਇਆ ਜਫਾ, ਪੁਆਇੰਟ ਜਿਹੜਾ ਕਾਲੀਆ ਦੀ ਟੀਮ ਦੇ ਹਿੱਸੇ ਜਾ ਜੁੜਿਆ, ਕੁਲਵੀਰ ਕਾਲੀਏ ਦੇ ਹਿੱਸੇ ਜੁੜਦਾ ਹੋਇਆ ਪੁਆਇੰਟ। ਸ਼ਾਨਦਾਰ ਮੈਚ ਦੋਨੋਂ ਟੀਮਾਂ ਦੇ ਦਰਮਿਆਨ। ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਪ੍ਰਵੀਨ ਛੋਟਾ ਪਾਲੀ ਆਖਦੇ ਕਬੱਡੀ ਦੀ ਦੁਨੀਆ ਦੇ ਵਿੱਚ ਸੁਨੋਜਨ ਖਿਡਾਰੀ ਨੂੰ।
ਪ੍ਰਵੀਨ ਬਹੁਪੁਰੀਆ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ। ਇਸ ਸਮੇਂ ਆਪਾਂ ਵੇਖਦੇ ਹਾਂ ਵੀ ਕਿਹੜਾ ਜਾਫੀ ਕੋਸ਼ਿਸ਼ ਕਰੇਗਾ ਭਾਈ ਰੂਪੇ ਦਾ। ਚਾਰੋ ਜਾਫੀ ਤਿਆਰ ਵਰ ਤਿਆਰ ਨੇ, ਹਫੜਾ ਦਫੜੀ ਬੱਚੀ ਹੋਈ ਹੈ। ਲਓ ਬਿਨਾਂ ਕਿਸੇ ਮੁਕਾਬਲੇ ਤੋਂ ਵਾਪਸ ਆਉਂਦਾ ਹੋਇਆ ਪੁਆਇੰਟ ਜਿਹੜਾ ਕਾਲੀਆ ਦੀ ਟੀਮ ਦੇ ਹਿੱਸੇ ਜਾ ਜੁੜਿਆ। ਅਗਲੀਆਂ ਟੀਮਾਂ ਹਮੀਰਗੜ੍ਹ ਤੇ ਬੋੜਪੁਰ, ਹਮੀਰਗੜ੍ਹ ਤੇ ਬੋੜਪੁਰ ਦਾ ਮੈਚ ਹੋਵੇਗਾ ਜੀ। ਨਾਲ ਹੀ 65 ਕਿਲੋ ਵਾਲੇ ਖਿਡਾਰੀ ਨਾਨਕਸਰ ਚੀਮਾ ਤੇ ਜਖੇਪੜ ਵੀ ਤਿਆਰ ਵਰ ਤਿਆਰ ਰਹਿਣ। ਲਓ ਸਾਹਮਣੇ ਮੈਦਾਨ ਦੇ ਵਿੱਚ ਫਿਰ ਆਪਾਂ ਵੇਖਦੇ ਹਾਂ ਵੀ ਭਾਈ ਰੂਪੇ ਵਾਲਾ ਨੌਜਵਾਨ ਕਬੱਡੀ ਪਾਉਣ ਦੇ ਵਾਸਤੇ ਅੱਗੇ ਵੱਲ ਵੱਧਦਾ ਹੋਇਆ। ਚਾਰ ਜਾਫੀ ਕਮਨ ਕਾਲੀਆ ਕੋਸ਼ਿਸ਼ ਕਰਦਾ ਹੋਇਆ। ਲਓ ਇੱਕ ਪਾਸੇ ਕਮਨ, ਦੂਸਰੇ ਪਾਸੇ ਕਹਿੰਦੇ ਭਾਈ ਰੂਪੇ ਵਾਲਾ ਤੱਕੜ ਰੇਡਰ ਨੌਜਵਾਨ ਇੱਕ ਜ਼ੋਰ ਦੇ ਨਾਲ ਪੁਆਇੰਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੋਇਆ। ਪੁਆਇੰਟ ਜਿਹੜਾ ਕਮਨਦੀਪ ਸਿੰਘ ਦੇ ਹਿੱਸੇ ਹੈ ਕਿ ਦੋ ਵੀਰ ਨਹੀਂ ਫਿਰ ਆਪਾਂ ਇੱਕ ਮੁਨਸ਼ੀ ਤੇ ਦੂਜਾ ਪਟਵਾਰੀ, ਦੋਨੋਂ ਵੀਰ ਜਾਫੀ ਦੇ ਤੌਰ ਤੇ ਖੇਡਦੇ ਹੈ। ਪੁਆਇੰਟ ਜਿਹੜਾ ਜਾਫੀ ਦਾ ਕਮਨਦੀਪ ਕਾਲੀਏ ਵਾਲਾ ਮਾਲਾ ਗੋਬਿੰਦਪੁਰੀਆ ਮਾਲਾ ਵੇਖਿਆ ਮੈਂ ਗੋਬਿੰਦਪੁਰ ਦਾ ਬਹਿੰਦਾ ਜਾਵੇ ਦਰਿਆਵਾਂ ਦੇ ਨੀਰ ਵਾਂਗੂ, ਚਾਰੇ ਪਾਸੇ ਇਸਦੇ ਹੋਏ ਚਰਚੇ ਕੁਲਦੀਪ ਮਾਨਕ ਦੀ ਗਾਈ ਹੀਰ ਵਾਂਗੂ। ਲਓ ਹੱਥ ਲਾ ਕੇ ਜਾਫੀ ਨੂੰ ਇੰਝ ਭਜਦਾ ਛੱਡੇ ਅਰਜਨ ਦੇ ਕਮਾਨੋ ਤੀਰ ਵਾਂਗੂ। ਇਹ ਹੈ ਨੌਜਵਾਨ ਅਰਜਨ ਦੇ ਤੀਰ ਵਰਗਾ ਖਿਡਾਰੀ ਮਾਲਾ ਗੋਬਿੰਦਪੁਰੀਆ। ਇਸ ਸਮੇਂ ਪੁਆਇੰਟ ਵਾਪਸ ਆਉਂਦਾ ਹੋਇਆ ਪੁਆਇੰਟ ਜਿਹੜਾ ਕਾਲੀਆ ਦੀ ਟੀਮ ਦੇ ਹਿੱਸੇ ਜਾ ਜੁੜਿਆ। ਬੜਾ ਸ਼ਾਨਦਾਰ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ। ਬੱਬੂ ਫਿਰ ਕਬੱਡੀ ਪਾਉਣ ਦੇ, ਬੱਬੂ ਦੀ ਪਈ ਕਬੱਡੀ। ਬੱਬੂ ਇਹ ਜਲਾਲ ਵਾਲਾ ਕਾਲਾ ਮਈਆ ਪਿੰਡ ਦਾ ਗਾਜੀਪੁਰ ਲੱਖਾ ਕਹਿੰਦੇ ਧਾ ਵੀ ਪੂਰੀ ਪਿੰਡ ਦਾ ਵੇਖਿਆ ਨੀ ਹੋਣਾ ਕਦੇ ਜ਼ਿੰਦਗੀ 'ਚ, ਹਾਰਨਾ ਪਾਉਂਦਾ ਇਹ ਚਲਾ ਕਨੇਡਾ ਸੇਠੀ ਵੀ ਦੁਸਾਰਨਾ। ਲਓ ਇੱਕ ਪਾਸੇ ਕੁਲਵੀਰ ਕਾਲੀਏ ਵਾਲਾ ਕੁਲਵੀਰ ਕੋਸ਼ਿਸ਼ ਕਰਦਾ ਹੋਇਆ, ਦੂਸਰੇ ਪਾਸੇ ਬੱਬੂ ਪੁਆਇੰਟ ਧਾਵੀ ਦਾ ਪੁਆਇੰਟ ਇਸ ਸਮੇਂ ਜੁੜਦਾ ਹੋਇਆ ਭਾਈ ਰੂਪਾ ਦੀ ਟੀਮ ਦੇ ਵਾਸਤੇ। ਪ੍ਰਵੀਨ ਅਗਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਦਾ ਹੋਇਆ। ਬੜਾ ਸ਼ਾਨਦਾਰ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ। ਇਸ ਸਮੇਂ ਪ੍ਰਵੀਨ ਦੀ ਪਈ ਕਬੱਡੀ। ਪ੍ਰਵੀਨ ਪਹਿਲਾਂ ਬਸਤਰੀ ਵਾਲਾ ਖੇਡ ਕੇ ਗਿਆ ਹਰਿਆਣੇ ਵਾਲਾ, ਹੁਣ ਪ੍ਰਵੀਨ ਤੁਹਾਡੇ ਸਾਹਮਣੇ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਹੈ। ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਹੈ, ਜਿੱਥੋਂ ਦਾ ਇਸ਼ਾਰਾ ਕੈਲੀਫੋਰਨੀਆ ਈਗਲ ਦੀ ਟੀਮ ਲਈ ਖੇਡਿਆ ਵਰਲਡ ਕਬੱਡੀ ਲੀਗ ਦੇ ਵਿੱਚ, ਉਸੇ ਪਿੰਡ ਦਾ ਆਹ ਨੌਜਵਾਨ ਖਿਡਾਰੀ ਪ੍ਰਵੀਨ ਹੈ, ਜਿੱਥੋਂ ਦੇ ਇਸ਼ਾਰੇ ਨੇ ਸਾਲ ਕਹਿੰਦੇ ਕੈਨੇਡਾ ਦੇ ਵਿੱਚ ਕਬੱਡੀ ਖੇਡੀ ਹੈ। ਉੱਧਰ ਅਗਲੀ ਰੇਡ ਮੈਦਾਨ ਦੇ ਵਿੱਚ ਫਿਰ ਭਾਈ ਰੂਪੇ ਵਾਲਾ ਨੌਜਵਾਨ ਪਾਉਂਦਾ ਹੋਇਆ, ਇਸ ਸਮੇਂ ਅੱਗੇ ਵੱਲ ਵੱਧਦਾ ਹੋਇਆ ਸੁਖਪਾਲ ਕਾਲੀਏ ਵਾਲਾ। ਲਓ ਵੱਧ ਕੇ ਕੋਸ਼ਿਸ਼ ਕਰਦਾ ਹੋਇਆ ਨੌਜਵਾਨ। ਪਾਸੇ ਕਹਿੰਦੇ ਭਾਈ ਰੂਪੇ ਦੀ ਟੀਮ ਹੈ ਕਿ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ, ਕਹਿੰਦੇ ਆ ਚਾਵਾਂ ਦੀ ਜਿੱਥੇ ਕਰੀਤ ਪੁਰਾਣੀ ਹੈ। ਮਾਲਵੇ ਦੇ ਦੋਨੋਂ ਮਸ਼ਹੂਰ ਖੇਤਰ ਨੇ, ਸੰਗਰੂਰ ਤੇ ਬਠਿੰਡਾ ਦੇ ਖਿਡਾਰੀ ਖੇਡਦੇ ਹੋਏ। ਲਓ ਅਗਲੀ ਕਬੱਡੀ ਫਿਰ ਗੋਬਿੰਦਪੁਰੀਆ ਮਹੱਲਾ ਪਾਉਂਦਾ ਹੋਇਆ। ਉੱਧਰ ਕਬੱਡੀ ਫੇਵਰ .com ਦੇ ਉੱਤੇ ਜਿਹੜਾ ਇਹ ਮੇਲਾ ਦੁਨੀਆਂ ਨੂੰ ਦਿਖਾਇਆ, ਵਾਲੇ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਕਬੱਡੀ ਫੇਵਰ .com ਦੇ ਉੱਤੇ ਦੁਨੀਆਂ ਭਰ ਦੇ ਵਿੱਚ ਦਿਖਾਇਆ ਜਾ ਰਿਹਾ ਅੱਜ ਦਾ ਕਬੱਡੀ ਕੱਪ। ਤੇ ਇਧਰਲੇ ਪਾਸੇ ਧਰਮ ਸਿੰਘ ਜੀ ਸਾਨੀਪੁਰ ਵਾਲੇ ਫੈਸਲਾ ਕਰਦੇ ਹੋਏ, ਕੋਸਾ ਵੀ ਪੁਆਇੰਟ ਰੇਡਰ ਦੇ ਹਿੱਸੇ, ਮਾਲਾ ਗੋਬਿੰਦਪੁਰੀਆ ਪੁਆਇੰਟ ਲੱਗੇ ਵਾਪਸ ਆਉਂਦਾ ਹੋਇਆ। ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਬੱਬੂ ਅੱਗੇ ਵੱਲ ਵੱਧਦਾ ਹੋਇਆ ਭਾਈ ਰੂਪੇ ਵਾਲਾ ਕਿ ਰਾਤ ਚਾਨਣੀ ਮੈਂ ਤੁਰਾਂ ਮੇਰੇ ਨਾਲ ਤੁਰੇ ਪਰਛਾਵਾ, ਜਿੰਦੇ ਮੇਰੀਏ ਗਲੀਏ ਗਲੀਏ ਚਾਨਣ ਸੁੱਤੇ ਮੈਂ ਕਿਸ ਗਲੀਏ ਆਵਾਂ ਜਿੰਦੇ ਮੇਰੀਏ। ਲਓ ਇੱਕ ਪਾਸੇ ਕਾਲੀਏ ਵਾਲਾ ਕੁਲਵੀਰ ਹੈ, ਢਾ ਕੇ ਨੌਜਵਾਨ ਹਿੱਕ ਤੇ ਬੈਠਣ ਦੀ ਕੋਸ਼ਿਸ਼ ਕਰਦਾ ਹੋਇਆ। ਦੂਸਰੇ ਪਾਸੇ ਬੱਬੂ ਹੈ, ਕੁਲਵੀਰ ਦਾ ਲੱਗਿਆ ਹੋਇਆ ਜੱਫਾ ਹੈ, ਵੱਖ ਵੱਖ ਦਾਅ ਬਣਾਉਂਦਾ ਹੋਇਆ ਨੌਜਵਾਨ ਕਿ ਕਾਲੀਏ ਦੇ ਕੁਲਵੀਰ ਵਾਂਗਰਾ ਕਰਕੇ ਮਿਹਨਤ ਭਾਰੀ ਖੇਡ ਮੈਦਾਨਾਂ ਦੇ ਵਿੱਚ ਪੁੱਤਰਾ ਕਰ ਲੈ ਪੂਰੀ ਤਿਆਰੀ, ਘਰ ਬੈਠੇ ਕੋਈ ਮਲ ਨਹੀਂ ਬਣਦਾ ਕਹਿੰਦੀ ਦੁਨੀਆ ਸਾਰੀ, ਵਿੱਚ ਮੈਦਾਨ ਤਿਆਰ ਹੁੰਦੇ ਗੁਲਜ਼ਾਰੀ ਕਹਰੀ ਸਾਰੀ, ਦੁੱਧ ਮੱਖਣਾ ਦੇ ਪੀ ਕੇ ਛੰਨੇ ਖਾ ਕੇ ਸੁੱਧ ਖੁਰਾਕਾਂ, ਮਾਂ ਕਹਿੰਦੀ ਪੁੱਤ ਦੁਨੀਆ ਉੱਤੇ ਤੂੰ ਵੀ ਪਾ ਦੇ ਤਾਕਾਂ, ਦੁਨੀਆ ਦੇ ਉੱਤੇ ਤਾਕ ਜਮਾਉਣ ਵਾਲੇ ਖਿਡਾਰੀ ਅੱਜ ਬੋੜਪੁਰ ਦੇ ਕਬੱਡੀ ਟੂਰਨਾਮੈਂਟ ਦੇ ਉੱਤੇ ਪੁੱਜੇ ਹੋਏ ਨੇ। ਗੁਰਲਾਲ ਘਨੌਰ ਦੇ ਸੱਦੇ ਦੇ ਦੁਨੀਆ ਦੇ ਬਹੁਤ ਸਾਰੇ ਸੁਪਰਸਟਾਰ ਖਿਡਾਰੀ ਇੱਥੇ ਖੇਡ ਰਹੇ ਨੇ। ਸਰਦਾਰ ਕੁਲਵੀਰ ਸਿੰਘ ਜੀ ਗਰੇਵਾਲ ਸਾਹਿਬ ਅੱਜ ਬਹੁਤ ਵੱਡਾ ਸਹਿਯੋਗ ਕਰਦੇ ਨੇ, ਪ੍ਰੀਤਮ ਸਿੰਘ ਜੀ ਬੇਲਾ ਘਲੋਟੀ ਵਾਲੇ, ਬਹੁਤ ਵੱਡਾ ਮਾਣ ਖੇਡ ਕਬੱਡੀ ਦਾ। ਲਓ ਸਾਹਮਣੇ ਪ੍ਰਵੀਨ ਫਿਰ ਪੁਆਇੰਟ ਲੱਗੇ ਵਾਪਸ ਆਉਂਦਾ ਹੋਇਆ। ਉੱਧਰ ਸਰਦਾਰ ਕੋਮਲ ਮਨਜੀਤ ਸਿੰਘ ਜੀ ਸਰਪੰਚ ਸਾਹਿਬ ਗ੍ਰਾਮ ਪੰਚਾਇਤ ਦਾ ਬਹੁਤ ਵੱਡਾ ਯੋਗਦਾਨ। ਭਾਈ ਰੂਪਾ ਦੇ ਨੰਬਰ ਨੇ ਜੀ 3.5, ਕਾਲੀਆ ਦੇ ਨੰਬਰ ਨੇ ਜਿਹੜੇ 10। ਕਾਲੀਆ ਦੀ ਟੀਮ ਜਿਹੜੀ ਇਸ ਮੁਕਾਬਲੇ ਦੀ ਜੇਤੂ ਟੀਮ ਰਹੀ ਹੈ। ਅਗਲਾ ਜਿਹੜਾ ਮੈਚ ਹੋਣ ਜਾ ਰਿਹਾ ਬੋੜਪੁਰ ਤੇ ਹਮੀਰਗੜ੍ਹ ਵੀ ਟੀਮਾਂ ਦੇ ਦਰਮਿਆਨ ਇਹ ਮੈਚ ਹੋਵੇਗਾ। ਖਿਡਾਰੀ ਪਾ ਰਿਹਾ ਬੋੜਪੁਰੀਆ ਨੌਜਵਾਨ ਪਹਿਲੀ ਕਬੱਡੀ ਪਾਉਂਦਾ, ਦੂਸਰੇ ਪਾਸੇ ਲਾਗਾ ਜੱਫਾ ਵੱਜ ਗਈ ਕੈਂਚੀ ਹਮੀਰਗੜ੍ਹ ਦੀ ਟੀਮ ਵੱਲੋਂ ਲੱਗਦਾ ਹੋਇਆ ਪਹਿਲਾ ਜੱਫਾ ਮੇਰੇ ਵੀਰੋ। ਇਹ ਹੈ ਨੌਜਵਾਨ ਹਮੀਰਗੜ੍ਹ ਦੀ ਟੀਮ ਵੱਲੋਂ ਖੇਡਦਾ ਹੋਇਆ ਅੱਜ ਪਹਿਲਾ ਜੱਫਾ ਜਿਹੜਾ ਹਮੀਰਗੜ੍ਹ ਦੀ ਟੀਮ ਵੱਲੋਂ ਲੱਗ ਚੁੱਕਾ ਹੈ। ਪੁਆਇੰਟ ਜਾਫੀ ਦੇ ਹਿੱਸੇ ਜਾ ਜੁੜਿਆ।
ਵਰਿੰਦਰ ਸਿੰਘ ਨੇ ਪਹਿਲਾ ਜਫਾ ਲਾ ਦਿੱਤਾ ਮਟੋਰੜੇ ਵਾਲੇ ਨੇ ਹਮੀਰਗੜ੍ਹ ਦੀ ਟੀਮ ਦੇ ਲਈ। ਸੁਖਜਿੰਦਰ ਸਿੰਘ ਅਗਲੀ ਕਬੱਡੀ ਪਾ ਰਿਹਾ ਹੈ, ਹਮੀਰਗੜ੍ਹ ਦੀ ਟੀਮ ਦਾ ਖਿਡਾਰੀ ਸੁਖਜਿੰਦਰ ਸਿੰਘ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਚਾਰ ਜਾਫੀ ਨੇ ਸਾਹਮਣੇ ਬੋੜਪੁਰ ਦੇ ਬੋੜਪੁਰ ਪਿੰਡ ਜਿੱਥੇ ਅੱਜ ਕਬੱਡੀ ਖੇਡੀ ਜਾ ਰਹੀ ਹੈ, ਲਓ ਸਾਹਮਣੇ ਨੌਜਵਾਨ ਸੁਖਜਿੰਦਰ ਸਿੰਘ ਪੁਆਇੰਟ ਲੈ ਕੇ ਵਾਪਸ ਆਉਂਦਾ ਹੈ। ਅਸੀਂ ਹੈਲੋ ਇੱਕ ਪਿੰਡ ਓਪਨ ਸੈਕਿੰਡ ਰਾਊਂਡ ਦੀਆਂ ਟਾਈਆਂ ਪਾਉਣ ਲੱਗੇ ਹਾਂ, ਇੱਕ ਪਿੰਡ ਓਪਨ ਸੈਕਿੰਡ ਰਾਊਂਡ ਦੀਆਂ ਅਸੀਂ ਟਾਈਆਂ ਪਾਉਣ ਜਾ ਰਹੇ ਹਾਂ। ਲਓ ਜੀ ਬੋੜਪੁਰ ਦੀ ਟੀਮ ਨੇ ਖਾਤਾ ਖੋਲ ਲਿਆ ਆਪਣਾ, ਢੋਲ ਵੱਜ ਰਹੇ ਨੇ, ਦਰਸ਼ਕ ਤਾੜੀਆਂ ਮਾਰ ਕੇ ਸਵਾਗਤ ਕਰਦੇ ਨੇ ਖਿਡਾਰੀਆਂ ਦਾ। ਪਲੀਜ਼ ਰੌਲਾ ਨਾ ਪਾਓ ਜੀ, ਪਲੀਜ਼ ਰੌਲਾ ਨਾ ਪਾਓ। ਵਿੱਕੀ ਦੇ ਵਾਸਤੇ 100 ਰੁਪਿਆ ਬਿੱਟੂ ਬੋੜਪੁਰੀਆ ਕਬੱਡੀ ਖਿਡਾਰੀ ਦੇ ਰਿਹਾ ਹੈ ਸਾਡਾ ਵੀਰ, ਬਹੁਤ ਬਹੁਤ ਧੰਨਵਾਦ ਬਿੱਟੂ ਬੋੜਪੁਰੀਏ ਦਾ ਵਿੱਕੀ ਦੇ ਵਾਸਤੇ। ਲਓ ਇੱਧਰਲੇ ਪਾਸੇ ਅਗਲੀ ਕਬੱਡੀ, ਫਿਰ ਨੌਜਵਾਨ ਬੋੜਪੁਰੀਆ ਪਾਉਣ ਦੇ ਲਈ ਵੱਧ ਹੋਇਆ। ਦੂਸਰੇ ਪਾਸੇ ਸੰਦੀਪ ਹੈ, ਇੱਕ ਨੰਗਲ ਵਾਲਾ ਗਲੇਡੀਏਟਰ ਕਬੱਡੀ ਦਾ ਇੱਕ ਆਹ ਨੌਜਵਾਨ ਖਿਡਾਰੀ ਤੁਹਾਡੇ ਸਾਹਮਣੇ ਸੰਦੀਪ ਜਫਾ ਲਾਉਂਦਾ ਹੋਇਆ। ਸੰਦੀਪ ਸੰਦੀਪ ਪੂਰੀ ਕੋਸ਼ਿਸ਼ ਕਰਦਾ ਹੋਇਆ, ਵਾਹ ਓਏ ਨੌਜਵਾਨਾਂ, ਸੰਦੀਪ ਦੇ ਹਿੱਸੇ ਪੁਆਇੰਟ, ਹਮੀਰਗੜ੍ਹ ਦੀ ਟੀਮ ਦੇ ਲਈ ਪੁਆਇੰਟ ਜੁੜਦਾ ਪਿਆ। ਬੜਾ ਸ਼ਾਨਦਾਰ ਮੈਚ ਮੈਦਾਨ ਦੇ ਵਿੱਚ ਜਿਹੜਾ ਖੇਡਿਆ ਜਾ ਰਿਹਾ ਹੈ। ਅਗਲੀ ਰੇਡ ਮੈਦਾਨ ਦੇ ਵਿੱਚ ਫਿਰ ਸੁਖਜਿੰਦਰ ਸਿੰਘ ਪਾਉਂਦਾ ਹੋਇਆ, 65 ਕਿਲੋ ਭਾਰ ਦੇ ਖਿਡਾਰੀ ਤਿਆਰ ਰਹਿਣ ਜੀ। ਹੈਲੋ, ਇਸ ਮੈਚ ਤੋਂ ਤੁਰੰਤ ਬਾਅਦ 65 ਕਿਲੋ ਫਾਈਨਲ ਮੈਚ ਖੇਡਿਆ ਜਾਵੇਗਾ। ਇਸ ਮੈਚ ਤੋਂ ਤੁਰੰਤ ਬਾਅਦ 65 ਕਿਲੋ ਦਾ ਫਾਈਨਲ ਮੈਚ ਖੇਡਿਆ ਜਾਵੇਗਾ। ਸੋ 65 ਕਿਲੋ ਦੀਆਂ ਦੋਵੇਂ ਟੀਮਾਂ ਗਰਾਊਂਡ ਦੇ ਲਾਗੇ ਰਹਿਣ ਜੀ। 65 ਕਿਲੋ ਫਾਈਨਲ ਮੈਚ ਇਸ ਮੈਚ ਤੋਂ ਬਾਅਦ। ਅਗਲੀ ਕਬੱਡੀ ਫਿਰ ਬੋੜਪੁਰੀਆ ਨੌਜਵਾਨ ਪਾਉਣ ਦੇ ਲਈ ਅੱਗੇ ਵੱਲ ਵੱਧ ਚੁੱਕਾ ਹੈ। ਲਓ ਹੁਣ ਵੇਖਾਂਗੇ ਕਿਹੜਾ ਜਾਫੀ ਕੋਸ਼ਿਸ਼ ਕਰੇਗਾ ਇਸ ਨੌਜਵਾਨ ਨੂੰ ਜਫਾ ਲਾਉਣ ਦੀ। ਬਹੁਤ ਵਧੀਆ, ਇਸ ਸਮੇਂ ਪਈ ਹੋਈ ਮੈਦਾਨ ਦੇ ਵਿੱਚ ਕਬੱਡੀ ਜਾਫੀ ਮਾਰਦਾ ਹੋਇਆ ਖਿੱਚਾ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ, ਵਾਹ ਜੀ ਵਾਹ, ਬੋੜਪੁਰ ਦੀ ਟੀਮ ਦੇ ਲਈ ਪੁਆਇੰਟ ਜੁੜਦਾ ਹੋਇਆ, ਨੰਬਰ ਕਿਹੜਾ ਰੇਡਰ ਦੇ ਹਿੱਸੇ ਆ ਗਿਆ ਹੈ। ਅਗਲੀ ਕਬੱਡੀ ਨਾਮਾ ਪਾ ਰਿਹਾ ਹਮੀਰਗੜ੍ਹ ਵਾਲਾ, ਨਾਮਾ ਅਗਲੀ ਰੇਡ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧਦਾ ਹੋਇਆ ਨੌਜਵਾਨ, ਧੁੰਦਵਾ ਸਰੀਰ, ਸਾਹਮਣੇ ਚਾਰ ਜਾਫੀ ਨੇ, ਪਰ ਆਪਾਂ ਵੇਖਦੇ ਵੀ ਤਜਰਬਾ ਘੱਟ ਹੈ, ਜਿਹੜਾ ਨਾਮੇ ਦਾ ਤਜਰਬਾ ਵੱਡਾ ਹੈ। ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਗੁੜਦਾ ਹੋਇਆ ਹਮੀਰਗੜ੍ਹ ਦੀ ਟੀਮ ਦੇ ਲਈ, ਨਾਮਾ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ ਨੌਜਵਾਨ। ਚੱਲਦੇ ਹੋਏ ਮੁਕਾਬਲੇ ਕਿ ਖੇਡ ਪੰਜਾਬੀ ਕੌਮ ਦੀ, ਅੱਜ ਜੱਗ ਦਾ ਬਣੀ ਸ਼ਿੰਗਾਰ, ਕਦੇ ਕੰਦਰਾਂ ਬਾਣਾਂ ਦੀ ਖੇਡ ਸੀ, ਅੱਜ ਰੌਜਰ ਸੈਂਟਰ ਦਾ ਸ਼ਿੰਗਾਰ, ਹੁਣ ਸਭ ਦੇ ਮਾਪੇ ਸੋਚਦੇ ਪੁੱਤ ਬਣ ਜੇ ਸੁਪਰ ਸਟਾਰ, ਪਿੰਡਾਂ ਤੋਂ ਸ਼ਹਿਰਾਂ ਵਿੱਚ ਪਹੁੰਚ ਕੇ ਜਾਣੀ ਓਲੰਪਿਕ ਤੱਕ ਵੀ ਯਾਰ, ਇਹ ਖੇਡ ਪੰਜਾਬੀ ਕੌਮ ਦੀ, ਅੱਜ ਜੱਗ ਦਾ ਬਣੀ ਸ਼ਿੰਗਾਰ, ਇਹ ਖੇਡ ਪੰਜਾਬੀ ਕੌਮ ਦੇ, ਜੱਗ ਦਾ ਸ਼ਿੰਗਾਰ ਬਣੀ ਹੋਈ ਖੇਡ ਕਬੱਡੀ। ਮੈਦਾਨ ਦੇ ਵਿੱਚ ਚੱਲਦਾ ਹੋਇਆ ਮੈਚ, ਸੁਖਜਿੰਦਰ ਸਿੰਘ ਅਗਲੀ ਰੇਡ ਪਾ ਰਿਹਾ ਹੈ ਨੌਜਵਾਨ ਹਮੀਰਗੜ੍ਹ ਦੀ ਟੀਮ ਦਾ ਖਿਡਾਰੀ। ਲਓ ਦੂਸਰੇ ਪਾਸੇ 3 ਜਾਫੀ ਖੜ ਕੇ ਚੈਨ ਦੇ ਵਿੱਚ, ਕਿਹੜਾ ਨੌਜਵਾਨ ਮੁਕਾਬਲਾ ਕਰੇਗਾ ਗੱਭਰੂ ਦੀ ਪਹੀ ਰੇਡ ਦਾ, ਪੂਰੀ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਦਾ ਫੜਿਆ ਹੋਇਆ ਗਿੱਟਾ ਛਡਾਉਂਦਾ ਹੋਇਆ, ਇੱਕ ਪਾਸੇ ਸੁਖਜਿੰਦਰ ਸਿੰਘ, ਪੁਆਇੰਟ ਜਿਹੜਾ ਰੇਡਰ ਦੇ ਹਿੱਸੇ, ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਗੁੜਦਾ ਹੋਇਆ ਹਮੀਰਗੜ੍ਹ ਦੀ ਟੀਮ ਦੇ ਲਈ। ਹੈਲੋ, ਇਸ ਮੈਚ ਤੋਂ ਤੁਰੰਤ ਬਾਅਦ 65 ਕਿਲੋ ਫਾਈਨਲ ਮੈਚ, 65 ਕਿਲੋ ਫਾਈਨਲ ਮੈਚ ਇਸ ਮੈਚ ਤੋਂ ਤੁਰੰਤ ਬਾਅਦ। ਲਓ ਜੀ ਪੁਆਇੰਟ ਬੋੜਪੁਰ ਦਾ, ਜਿੱਤ ਹਾਰ ਭਾਵੇਂ ਕਿਸੇ ਦੀ ਮਰਜ਼ੀ ਹੋਵੇ ਪਰ ਦਰਸ਼ਕ ਪੂਰਾ ਸਵਾਦ ਲੈ ਰਹੇ ਨੇ, ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੁੱਲੇ ਹੁਲਾ ਰਹੇ ਨੇ। ਬਾਈ ਬੋੜਪੁਰੀਏ ਠੀਕ ਹੈ, ਖੁਸ਼ੀ ਹੈ ਪਰ ਥੋੜ੍ਹਾ ਜਿਹਾ ਪਰਾ ਰਹੋ ਮੇਰਾ ਵੀਰ ਛੋਟੇ, ਖੁਸ਼ੀ ਮਨਾਓ ਜ਼ਰੂਰ ਥੋੜ੍ਹਾ ਜਿਹਾ ਪਰਾ ਰਹੋ। ਬਹੁਤ ਹੀ ਰੋਮਾਂਚਕ ਮੈਚ ਜਿਹਨੂੰ ਕਹਿ ਸਕਦੇ, ਦਿਲਚਸਪ ਮੈਚ ਜਿਹੜਾ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਦਾ। ਹਮੀਰਗੜ੍ਹ ਇੱਕ ਤਜਰਬੇਕਾਰ ਟੀਮ ਹੈ, ਦੂਸਰੇ ਪਾਸੇ ਉਹਦੇ ਬਿਲਕੁਲ ਨਵੀਂ ਟੀਮ ਬੋੜਪੁਰ ਜੋ ਮੁਕਾਬਲਾ ਕਰ ਰਹੀ ਹੈ ਹਮੀਰਗੜ੍ਹ ਦੀ ਟੀਮ ਦਾ। ਸੁਖਜਿੰਦਰ ਸਿੰਘ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ, ਪਰ ਉਧਰਲੇ ਪਾਸੇ ਇਕੱਲੇ ਨੂੰ ਇਕੱਲੇ ਵਾਲੀ ਖੇਡ ਤੇ ਡਬਲ ਟੱਚ ਪੁਆਇੰਟ ਰੇਡਰ ਦਾ, ਪੁਆਇੰਟ ਜਿਹੜਾ ਹਮੀਰਗੜ੍ਹ ਦੀ ਟੀਮ ਦਾ। ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਹਮੀਰਗੜ੍ਹ ਦਾ ਨੌਜਵਾਨ, ਅਗਲੀਆਂ ਟੀਮਾਂ
65 किलो का फाइनल मैच खेडा जाएगा जी। 65 किलो दिया दो टीम ग्राउंड के आ जा 65 किलो फाइनल मैच और लग गया जी जफा लो इधरले पासे लग गया जफा हो गई बल्ले बल्ले पॉइंट जरा याफी का पॉइंट जरा हमीरगढ़ की टीम का नामा अगली कबड्डी पा रहा है नौजवान इस समय नामा हमीरगढ़िया शहीद करतार सिंह सराबा यूथ स्पोर्ट्स क्लब ग्राम पंचायत बोर्ड पर समुचा नगर साढ़े एन आर आई वीर जिन्हों के सहयोग के नाल कबड्डी टूरनामेंट खेडिया जा रहा है करवाया जा रहा है अज बहुत वे माण दिते जा रहे हैं खेड कबड्डी लो जी मैच समाप्त हो गया है इस मैच के हमीरगढ़ की टीम जेतू लिख लो जी